शुक्रिया। अरे खाना गला पता चलिए जल्दी का। ਕਿਸੇ ਨੂੰ ਚਾਦਰ ਪਾਈ ਵੇਖਣੀ ਦਿਲ ਕਰਨਾ ਵੀ ਅਸੀਂ ਬੰਨ ਲਈਏ ਯਾਰ, ਗੁੱਸਾ ਪਾਇਆ ਵੇਖਣਾ ਦਿਲ ਕਰਨਾ ਸੀ, ਬਸ ਉਹ ਥੋੜ੍ਹਾ ਉਹ ਹੈ ਸੀ। ਬਸ ਇੰਝ ਕਰਦਿਆਂ ਕੋਈ ਥੋੜ੍ਹਾ ਬਹੁਤ ਕੋਈ ਆਰਟੀਕਲ ਪੜ੍ਹਦੇ ਹਾਂ ਪੁੜਦੇ ਹਾਂ ਅੱਗੇ, ਫਿਰ ਬਸ ਰਿਸਰਚ ਕਰਨੀ ਸ਼ੁਰੂ ਕਰਤੀ ਵੀ ਅਸੀਂ ਹੈ ਕੌਣ, ਸਾਡਾ ਪਿਛੋਕੜ ਕੀ ਹੈ, ਸਾਡਾ ਪਿਓ ਦਾਦਾ ਕੀ ਸੀ। ਈਦ ਦਾ ਦਿਨ ਜੀ ਅਸੀਂ ਈਦ ਪੜ੍ਹਨ ਚੱਲੇ ਅਤੇ ਮੈਂ ਚਿੱਟਾ ਚਾਦਰਾ ਲਾ ਲਿਆ, ਚਿੱਟਾ ਹੀ ਕੁੜਤਾ ਪਾ ਲਿਆ, ਚਿੱਟੀ ਪੱਗ ਬੰਨ ਲਈ। ਸਾਡੇ ਬੰਦੇ ਆਪਣੇ ਪੰਜਾਬੀ ਬੰਦੇ ਵੇਖ ਕੇ ਸਿਰ ਕਦੇ ਆਵੇ ਪੱਲੂ ਫਿਰਦਾ, ਯਕੀਨ ਕਰ ਜਾਓ ਕਿ ਸਾਊਦੀ ਮਸਰੀ ਹੋਰ ਇੱਕ ਦੋ ਉਹ ਫੋਟੋਆਂ ਕਰਾਉਂਦਾ। ਜਿਹੜੇ ਆਪਾਂ ਲਹਿੰਦੇ ਪੰਜਾਬ ਦੀ ਗੱਲ ਕਰੀਏ ਨਾ ਜੀ, ਅਤੇ ਬਾਬੇ ਫਰੀਦ ਤੋਂ ਲੈ ਕੇ ਖਵਾਜੇ ਫਰੀਦ ਤੱਕ, ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਵੀ ਆਉਂਦੇ ਨੇ, ਵਿੱਚ ਹੋਰ ਬੁੱਲੇ ਸ਼ਾਹ ਵੀ, ਸਾਰੇ ਬਾਬੇ ਲਹਿੰਦੇ ਆ ਲੋਹੇ, ਠੀਕ ਹੈ। ਲੇਕਿਨ ਸਾਡੇ ਜੀ ਕੀ ਕਰਦੇ ਨੇ, ਖੂਹ ਦੀ ਇੱਟ ਪੱਟ ਕੇ ਚਬਾੜਨ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਮਤਲਬ ਕਿ ਹਰ ਸ਼ਹਿਰ ਨੂੰ ਧਰਮ ਦੀ ਆਣਕ ਲਾਉਣ। ਜਦੋਂ ਕਿਤੇ ਬਹਿਸ ਨਾ ਬਹਿਸਾਂ ਹੁੰਦਾ ਨਾ ਜੀ ਕਿਸੇ ਨਾਲ ਵੀ, ਕੋਈ ਵੀ ਕਹਿੰਦਾ ਸੀ ਕਿ ਬੜੇ ਖੱਬੀ ਖਾਣ ਆ ਸਾਡੇ ਨਾਲ ਬਹਿ ਗੱਲ ਕਰ ਲਓ, ਉਹੀ ਇੱਕ ਦੋ ਵਾਰੀ, ਠੀਕ ਹੈ, ਜਾਂ ਗਾਲਾਂ ਕੱਢ ਕੇ ਨਿਕਲਦੇ ਨੇ ਅਤੇ ਜਾਂ ਧਰਮ ਦਾ ਸਹਾਰਾ ਲੈ ਕੇ, ਤੂੰ ਤਾਂ ਮੁਸਲਮਾਨ ਨਹੀਂ, ਤੂੰ ਹੈ ਹੀ ਸਿੱਖ, ਤੂੰ ਪੰਜਾਬੀ ਦੀ ਗੱਲ ਹੀ ਕਰੀ ਜਾਂਦਾ, ਤੂੰ ਹੈ ਹੀ ਸਿੱਖ, ਜਾਂ ਤੁਰ ਜਾ ਉੱਧਰ ਇੰਡੀਆ ਦੇ ਵਿੱਚ, ਸਾਨੂੰ ਤਾਂ ਇੱਥੇ ਨਾਲ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ, ਉਹਦੇ ਨਾਲ ਨਾਲ ਨਸਰ ਢਿੱਲੋਂ ਦੇ ਫੇਸਬੁੱਕ ਪੇਜ 'ਤੇ ਵੀ ਸਾਨੂੰ ਵੇਖ ਸਕਦੇ ਹੋ। ਅੱਜ ਅਸੀਂ ਆਏ ਹਾਂ ਚੱਕ ਨੰਬਰ 4 ਜਿੰਮੇ ਜੜਾਣਾ ਦੇ ਵਿੱਚ, ਇੱਥੇ ਤੁਸੀਂ ਵੀਡੀਓਜ਼ ਵੇਖਦੇ ਹੋ ਜਿਹੜੇ ਟਿਕਟੋਕ 'ਤੇ ਸ਼ਾਰਟ ਵੀਡੀਓ ਕੰਟੈਂਟ, ਬਹੁਤ ਖੂਬਸੂਰਤ ਕੰਟੈਂਟ ਮੁੰਡਾ ਬਣਾਉਂਦਾ, ਹਿਸਟਰੀ ਨੂੰ ਲੈ ਕੇ, ਪੰਜਾਬ ਦੀ ਹਿਸਟਰੀ ਨੂੰ ਲੈ ਕੇ, ਪੰਜਾਬੀ ਜ਼ੁਬਾਨ ਦੀ ਪ੍ਰਮੋਸ਼ਨ ਨੂੰ ਲੈ ਕੇ, ਪੰਜਾਬੀਅਤ ਨੂੰ ਲੈ ਕੇ, ਬਹੁਤ ਸੋਹਣਾ ਕੰਮ, ਬਹੁਤ ਸੋਹਣਾ ਕੰਟੈਂਟ। ਜੇਬੀ ਹੰਜਰਾ, ਜੇਬੀ ਭਾਅ ਜੀ ਸ਼ੁਕਰੀਆ, ਆ ਜਾਓ, ਤੁਹਾਡਾ ਗੱਲਾਂ ਬਾਤਾਂ ਕਰਨੀਆਂ ਜੀ, ਦਿਲ ਦੀਆਂ ਗੱਲਾਂ ਬਾਤਾਂ, ਦਿਲ ਦੀਆਂ ਗੱਲਾਂ ਬਾਤਾਂ, ਬਿਲਕੁਲ। ਤੇ ਪੂਰਾ ਮੰਜੇਸ਼ਨ ਜੇ ਡਾਏ ਆ, ਹਾਂ ਬਿਲਕੁਲ, ਪੂਰਾ ਦੇਸੀ ਮਾਹੌਲ ਬਣਾਇਆ, ਪੂਰਾ ਦੇਸੀ ਮਾਹੌਲ ਜੀ, ਆਓ ਬੋ, ਆ ਜਾਓ ਭਾਜੀ, ਆ ਜਾਓ, ਇਹ ਕੱਟਣਾ ਕੁੱਟਣਾ ਸੀ ਕੁਛ ਨੀਗਾ, ਬਿਲਕੁਲ ਨਾ ਕੱਟੋ, ਇਹ ਸਾਰੇ ਦਾ ਸਾਰਾ ਏਦਾਂ ਹੀ ਪਟਾਕਾ ਪਾ ਦੇਣਾ, ਹਾਂ ਬਿਲਕੁਲ, ਹਾਂ ਬਣਦਾ ਜੀ। ਮੋਰ ਪਿੱਛੇ ਸ਼ੇਰ ਬਣਾਇਆ, ਮੈਨੂੰ ਆਇਆ ਵਾ ਕਾਲਾ ਹੈ ਦੇ ਨਾਲ, ਚਾਦਰੇ ਤੇ ਬਣਿਆ ਜੀ ਸ਼ੇਰ, ਉਹਦੇ ਪਿੱਛੇ ਮੋਰ ਬਣਿਆ, ਅੱਛਾ ਮੋਰ ਵਾਲਾ ਵੀ ਪਿਆ ਜੀ ਮੇਰੇ ਕੋਲ, ਉਹ ਪਾਇਆ ਨਹੀਂ, ਉਹਨੂੰ ਪਾਉਣਾ ਹੋਇਆ ਕਿਸੇ ਦਿਨ, ਮੋਰ ਬਣਾਇਆ ਉਹਨੇ ਮੁੰਡੇ ਨੇ ਘਲਾਇਆ ਇੰਡੀਆ ਤੋਂ ਨਾ, ਤੇ ਦੱਸਿਆ ਜੇ ਤੁਸੀਂ ਮੋਰ ਵਾਲਾ ਪਾ ਲਈ, ਉਧਰ ਮੈਂ ਵੀ ਪਾ ਕੇ ਫੈਸਲਾ ਪਾ ਲਾਂਗਾ, ਇਕੱਠੀ ਵੀਡੀਓ ਬਣਾ ਲਾਂਗੇ, ਕਿਉਂ ਜੀ ਸਰ, ਮੋਰ ਹੋ ਜਾਵਾਂਗੇ, ਮੋਰ ਹੋ ਜਾਵਾਂਗੇ, ਪਹਿਲਾਂ ਪਾਉਂਦੇ ਫੈਸਲਾ ਬਾਅਦ ਵਿੱਚ, ਫਿਰ ਫੈਸਲਾ ਬਾਅਦ ਦੇ ਵਿੱਚ, ਲਾਲਪੁਰ ਦੇ ਵਿੱਚ ਕੰਬੀਨੇਸ਼ਨ ਕੋਈ ਨਹੀਂ, ਮੋਰ ਆਪਣੇ ਕੋ ਪਿਆ ਜੀ, ਮੋਰ ਵਾਲੇ, ਮੋਰ ਵਾਲਾ ਵੀ ਪਿਆ, ਇੱਕ ਮੋਰ ਵਾਲਾ ਹੋਵੇ ਉਹ ਵੀ ਪਿਆ, ਦੋ ਮੋਰਾਂ ਦੋ ਵੀ ਬਣੇ ਹੋਏ ਨੇ। ਅੱਛਾ ਜਰਾ ਆਪਣੀ ਜਿਹੜੀ ਨਾਂ ਪੂਰਾ ਤੁਹਾਡਾ, ਤੇਰਾ ਨਾਂ ਕੀ ਹੈ? ਮੇਰਾ ਨਾਂ ਜੀ ਔਰੰਗਜ਼ੇਬ ਪੂਰਾ, ਔਰੰਗਜ਼ੇਬ ਸ਼ੋਰਟ ਮੁੰਡੇ, ਮਤਲਬ ਜੋ ਸ਼ੁਰੂ ਤੋਂ ਬਚਪਨ ਤੋਂ ਜਿਹੜਾ ਜੇਬੀ ਜਰਾ, ਹਾਂ ਜੇਬੀ ਕੀ, ਹਾਂ ਜੇਬੀ ਜਰਾ। ਅੱਛਾ ਅੱਛਾ, ਤੇ ਇਹ ਆਪਣਾ ਪਿੰਡ ਜਿਹੜਾ ਜਿੱਥੇ ਆਪਾਂ ਬੈਠੇ ਹਾਂ, ਚਾਰ ਚੱਕ, ਇਹਦਾ ਨਾਂ 53-4 ਆ, ਇਹ ਚੱਕ ਨੰਬਰ 653/4 ਜੀਬੀ, ਯਾਨੀ ਕਿ ਗਾਫ ਦੇ, ਗੁਬੇਰਾ ਬ੍ਰਾਂਚ, ਗੁਬੇਰਾ ਬ੍ਰਾਂਚ ਆ, ਤਹਿਸੀਲ ਜੜਾਂ ਵਾਲਾ, ਜ਼ਿਲ੍ਹਾ ਲੈਲਪੁਰ, ਜ਼ਿਲ੍ਹਾ ਲੈਲਪੁਰ, ਹੁਣ ਜੜਾਣਾ ਵੀ ਬਣ ਜਾਣਾ ਮੈਨੂੰ ਲੱਗਦਾ, ਜ਼ਿਲ੍ਹਾ ਲੱਗੇ ਹੋਏ ਨੇ ਜੀ ਚੋਰੀ ਮਗਰ, ਪਤਾ ਨਹੀਂ ਕੀ ਕਰਦੇ ਨੇ ਜੀ। ਅੱਛਾ, ਹਾਂ ਵੇਖੋ ਬਣਾਉਂਦੇ ਨੇ ਕਿ ਨਹੀਂ, ਚਲੋ ਰੱਬ ਰਹਿਮਤ ਕਰੇ। ਅੱਛਾ ਜੇਬੀ, ਪਿੰਡ ਇੱਥੇ ਅਤੇ ਕੰਮ ਕਾਰ ਜਿਹੜੇ ਮੈਂ ਵੀਡੀਓ ਵੇਖਦਾ ਪਤਾ ਮੈਨੂੰ, ਤੁਸੀਂ ਬਾਹਰ ਹੁੰਦੇ ਸਾਊਦੀ ਅਰਬ ਹੁੰਦੇ? ਹਾਂ ਸਾਊਦੀ ਅਰਬ, ਬਿਲਕੁਲ। ਅਤੇ ਰੋਜ਼ਗਾਰ ਦੇ ਸਿਲਸਿਲੇ? ਹਾਂ ਰੋਜ਼ਗਾਰ ਹੈ ਜੀ, ਮਾੜਾ ਚੰਗਾ ਆਪਣਾ ਜੀ, ਇਸ ਕਰਕੇ। ਚਲੋ ਵਧੀਆ ਵਧੀਆ, ਇਹ ਕਿਸ ਤਰ੍ਹਾਂ ਲਗਾ, ਕਿਸ ਤਰ੍ਹਾਂ ਹਿਸਟਰੀ ਨਾਲ ਇਹਦਾ, ਤਾਰੀਖ ਦਾ? ਪਰ ਮੈਨੂੰ ਪੁੱਛਦੇ ਹੁੰਦੇ ਅਕਸਰ ਦੋਸਤ, ਪੜ੍ਹਿਆ ਲਿਖਿਆ ਬੜਾ ਕਰਦਾ, ਕੀ ਗੱਲ? ਪਹਿਲਾਂ ਰਿਸਰਚ ਕਰਦਾ ਥੋੜ੍ਹੀ ਉਹਦੇ 'ਤੇ, ਜਿਹੜੀ ਜਿਹੜਾ ਵੀਡੀਓ ਸ਼ਾਰਟ ਵੀਡੀਓ ਜਾਂ ਲੌਂਗ ਵੀਡੀਓ ਹੁੰਦਾ ਉਹ ਗੱਲ ਤਾਂ ਨਾ ਜੀ, ਲਗਾ ਜੀ ਤੁਸੀਂ ਗੱਲ ਕੀਤੀ ਹੈ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ ਜੀ, ਉਹ ਅੰਦਰ ਇੱਕ ਹੁੰਦਾ ਨਾ ਜੀ ਬੰਦੇ ਦੇ, ਅਤੇ ਵੇਖੀ ਜਾ ਜੀ ਪਹਿਲਾਂ, ਮਤਲਬ ਕਿ ਕੋਈ ਦੇਸੀ ਬੰਦਾ ਮਿਲਣਾ ਜਾਂ ਦੇਸੀ ਲੋਕ ਮਿਲਣਾ, ਉਹਨਾਂ ਨਾਲ ਪਿਆਰ ਹੋਣਾ, ਕਿਸੇ ਨੂੰ ਚਾਦਰ ਪਾਈ ਵੇਖਣੀ ਦਿਲ ਕਰਨਾ ਵੀ ਅਸੀਂ ਬੰਨ ਲਈਏ ਯਾਰ, ਗੁੱਸਾ ਪਾਇਆ ਵੇਖਣਾ ਦਿਲ ਕਰਨਾ ਸੀ, ਬਸ ਉਹ ਥੋੜ੍ਹਾ ਉਹ ਹੈ ਸੀ, ਬਸ ਇੰਝ ਕਰਦਿਆਂ ਕੋਈ ਥੋੜ੍ਹਾ ਬਹੁਤ ਕੋਈ ਆਰਟੀਕਲ ਪੜ੍ਹਦੇ ਹਾਂ ਪੁੜਦੇ ਹਾਂ ਅੱਗੇ, ਫਿਰ ਬਸ ਰਿਸਰਚ ਕਰਨੀ ਸ਼ੁਰੂ ਕਰਤੀ ਵੀ ਅਸੀਂ ਹੈ ਕੌਣ, ਸਾਡਾ ਪਿਛੋਕੜ ਕੀ ਹੈ, ਸਾਡਾ ਪਿਓ ਦਾਦਾ ਕੀ ਸੀ, ਠੀਕ ਹੈ ਨਾ ਜੀ, ਅਸੀਂ ਆਏ ਕਿੱਥੋਂ ਹਾਂ,
ਬਸ ਉਤੋਂ ਕਰਦਿਆਂ ਕਰਦਿਆਂ ਅੱਗੇ ਫਿਰ ਤੁਰੇ ਗਏ। ਅੱਛਾ ਐਜੂਕੇਸ਼ਨ ਤਲੀਮ ਕਿੰਨੀ? ਐਜੂਕੇਸ਼ਨ ਜੀ ਬੀਏ ਕੀਤਾ ਹੋਇਆ ਮੈਂ। ਬੀਏ ਕੀਤਾ ਆਪਣੇ ਜਿਹੜੇ ਲੈ ਗਏ ਕਿ ਚੰਗੇ ਨੰਬਰਾਂ ਦਾ ਕੀਤਾ? ਧੱਕਾ ਲਾ ਕੇ ਨਿਕਲੇ ਹਾਂ ਜੀ, ਚੰਗੇ ਚੰਗੇ ਨੰਬਰ ਕੋਈ ਨਹੀਂ ਆ ਗਿਆ ਨੰਬਰ ਦੇ, ਧੱਕਾ ਲਾ ਕੇ ਨਿਕਲੇ ਹਾਂ ਜੀ ਸਭ ਦੀਆਂ ਸੁਪਰੀਆਂ ਦੇ। ਬੀਏ ਬੜਾ ਵੱਡਾ ਮਸਲਾ ਹੈ, ਬੜਾ ਵੱਡਾ ਮਸਲਾ ਹੈ। ਬੀਏ ਚ ਵੀ ਇੰਗਲਿਸ਼? ਹਾਂ ਇੰਗਲਿਸ਼ ਹਾਂ, ਬਸ ਸਾਡਾ ਵੀ ਇਹੀ ਮਸਲਾ ਸੀ। ਬਿਲਕੁਲ। ਅੱਛਾ ਚਾਦਰ, ਚਾਦਰ ਦੀ ਗੱਲ ਹੋਣੀ। ਮੈਂ ਇੱਕ ਵਾਰੀ ਨਾ ਪ੍ਰਗਟ ਭਾਜੀ ਉਹ ਇੱਥੇ ਮਨਾਈ ਦਾ ਸੀ ਨਾ ਦਿਨ ਮਨਾਈ ਦਾ, ਅਕਸਰ ਲਾਹੌਰ ਹੀ ਹੁੰਦਾ ਫੈਸਲਾਬਾਦ ਵੀ, ਜਦੋਂ 21 ਫਰਵਰੀ 'ਤੇ ਜਾਂ ਹੋਰ ਕੋਈ ਪੰਜਾਬੀ ਦਾ ਇਵੈਂਟ ਹੋਵੇ। ਮੇਰੀ ਨਾ ਉੱਦਣ ਨਾ ਅਪੁਆਇੰਟਮੈਂਟ ਸੀ ਕਿਸੇ ਅੰਬੈਸੀ ਨਾ, ਅਤੇ ਉਹ ਆਉਂਦੇ ਵੀ ਲਾਹੌਰ ਇਵੈਂਟ ਉੱਥੇ ਜਾਣਾ, ਅਤੇ ਮੈਂ ਵੀ ਇਸੇ ਤਰ੍ਹਾਂ ਚਾਦਰ ਬੰਨ ਕੇ ਤੁਰ ਗਿਆ। ਹੁਣ ਉੱਥੇ ਜਿਹੜੇ ਦੁਨੀਆ ਨਾ ਲੋਕ ਨੇ ਸਾਡੇ ਉਹ ਥੋੜ੍ਹਾ ਜਿਹਾ ਬਦਲ ਗਿਆ ਨਾ, ਵੀ ਕਲਚਰ ਵਾਈਜ਼ ਉਹ ਤਾਂ ਸਲਵਾਰਾਂ ਕਮੀਜ਼ਾਂ ਤੋਂ ਉੱਤੇ ਚਲੇ ਗਏ, ਅਤੇ ਬੜਾ ਗੌਰ ਨਾਲ ਹੈਰਾਨੀ ਨਾਲ ਵੇਖਣ, ਪਹਿਲਾਂ ਨਹੀਂ ਜਦੋਂ ਗਾਂਹ ਵੜਨ ਉਦੋਂ ਸਾਰੇ ਇੱਕ ਦੂਜੇ ਨੂੰ ਹਾਂ ਵੀ ਜਿਵੇਂ ਕੋਈ ਵੱਖਰੀ ਸ਼ਾਇਦ ਨਹੀਂ ਵੇਖ ਲਈ। ਹਾਲਾਂਕਿ ਸਾਡੇ ਹੁਣ ਪਿੰਡਾਂ 'ਚ ਤੁਸੀਂ ਚਲੇ ਜਵਾਬ ਜੋ ਸਾਡੇ ਹਲੇ ਵੀ ਬਾਬੇ ਸਾਡੇ ਵੱਡੇ ਜਿਹੜੇ ਉਹ ਯੂਜ਼ ਕਰਦੇ। ਮੈਂ ਜੀ ਮਤਲਬ ਚਾਦਰ 12ਵਾਂ ਹੁੰਦਾ ਨਾ ਜੀ, ਅਤੇ ਉੱਥੇ ਕੋਈ ਵੀ ਈਵੈਂਟ ਹੋਵੇ, ਈਦ ਹੋਵੇ, ਹਾਂ ਬਾਹਰ ਜਾਣਾ ਹੋਵੇ, ਕਿਤੇ ਵੀ ਜਾਣਾ ਹੋਵੇ, ਤਾਂ ਮੈਂ ਚਾਦਰ ਜਾਂ ਲਾਚੇ ਰੱਖੇ ਹੋਏ ਨੇ, ਇੱਕ ਦੋ ਲਾਚੇ ਬੰਨ ਕੇ ਜਾਂਦਾ। ਸਾਡੇ ਬੰਦੇ ਜਿਹੜੇ ਨੇ ਜੀ, ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਲੋਕਾਂ ਦੀ ਕਿ ਉਹ ਇੰਨਾ ਅਹਿਸਾਸ ਕਮਤਰੀ ਕਿਉਂ, ਕੰਪਲੈਕਸ ਕਿਉਂ। ਸਾਡੇ ਬੰਦੇ ਵੇਖ ਕੇ ਹੱਸਦੇ ਨੇ, ਜਿਹੜੇ ਉੱਥੋਂ ਦੇ ਵਸਨੀਕ ਨੇ ਜੀ ਉਹ ਸਾਡੇ ਨਾਲ ਸੈਲਫੀਆਂ ਕਰਦੇ ਨੇ। ਈਦ ਦਾ ਦਿਨ ਜੀ ਅਸੀਂ ਈਦ ਪੜ੍ਹਨ ਚੱਲੇ, ਅਤੇ ਮੈਂ ਚਿੱਟਾ ਚਾਦਰਾ ਲਾ ਲਿਆ, ਚਿੱਟਾ ਕੁੜਤਾ ਪਾ ਲਿਆ, ਚਿੱਟੀ ਪੱਗ ਬੰਨ ਲਈ, ਅਤੇ ਸਾਡੇ ਬੰਦੇ ਆਪਣੇ ਪੰਜਾਬੀ ਬੰਦੇ ਵੇਖ ਕੇ ਸਾਨੂੰ ਕਹਿੰਦੇ ਆਵੇ ਪੱਲੂ ਫਿਰਦਾ। ਯਕੀਨ ਕਰ ਜਾਓ ਕਿ ਸਾਊਦੀ ਮਸਰੀ ਹੋਰ ਇੱਕ ਦੋ ਉਹ ਫੋਟੋਆਂ ਕਰਾਉਂਦਾ ਸਾਡੇ ਨਾਲ, ਉਹ ਬੜੇ ਖੁਸ਼ ਹੋਣ, ਉਹ ਆਖਣ ਯਾਰ ਬੜਾ ਸੋਹਣਾ ਲੱਗਦਾ। ਇਸੇ ਤਰ੍ਹਾਂ ਹੀ ਅਸੀਂ ਹੁਣ ਕਤਰ ਗਏ ਸੀ ਵਰਲਡ ਕੱਪ ਨੇ, ਅਤੇ ਕਤਰ ਅਸੀਂ ਆਖਿਆ ਵੀ ਇਸ ਤਰ੍ਹਾਂ ਜਾਣਾ ਹੈ ਸਵੇਰੇ ਥੋੜ੍ਹਾ ਡਿਫਰੈਂਟ, ਅਤੇ ਉਹ ਸਾਨੂੰ ਮੈਨੂੰ ਅਮੈਰੀਕਾ ਤੋਂ ਫੋਨ ਆਇਆ ਵੀ ਤੁਸੀਂ ਸਾਡੇ ਆਉਂਦੇ ਜੇ ਚੈਨਲ 'ਤੇ ਆਉਂਦੇ ਜੇ, ਅਤੇ ਲੋਕਾਂ ਨੇ ਤਸਵੀਰਾਂ ਸੈਲਫੀਆਂ ਜਿਵੇਂ ਦੱਸਣ ਡਿਆ ਇਸੇ ਤਰ੍ਹਾਂ ਹੀ, ਅਤੇ ਉਹ ਸਾਨੂੰ ਅਸੀਂ ਵੀ ਇਸੇ ਕਰਕੇ ਅਸੀਂ ਪਾ ਗਏ ਸਾਂ ਵੀ ਸਾਡਾ ਕਲਚਰ ਹੈ, ਸਾਨੂੰ ਮਾਣ ਹੈ ਉਹਦੇ 'ਤੇ, ਅਤੇ ਉਹ ਸਾਨੂੰ ਹੋਣਾ ਵੀ ਚਾਹੀਦਾ, ਹੋਣਾ ਵੀ ਚਾਹੀਦਾ। ਬਿਲਕੁਲ ਜੀ, ਮੈਂ ਤਾਂ ਇਹਨਾਂ ਦੀਆਂ ਇੱਕ ਬੜੀਆਂ ਖੂਬਸੂਰਤ ਤਸਵੀਰਾਂ ਹੁੰਦੀਆਂ ਵੀ, ਇੱਕ ਪੂਰੀ ਹਾਈ ਫਾਈ ਕਾਫੀ ਸ਼ੋਪ ਤੇ ਲਾਚਾ ਲਾ ਕੇ ਉੱਥੇ ਕਾਫੀ ਪੀ ਰਹੇ ਨਹੀਂ, ਕਾਫੀ ਪੀਣ ਜਦੋਂ ਵੀ ਚਾਹੀਦਾ ਨਾ, ਆਪਾਂ ਚਾਦਰੇ ਤੇ ਜਾਣਾ ਜਾਂ ਲਾਚਾ ਪਾ ਕੇ ਲਾਚਾ ਬੰਨ ਕੇ ਜਾਣਾ। ਅੱਛਾ ਜਰਾ, ਹਾਂਜੀ, ਉਹ ਪਿਛਲੇ ਦਿਨਾਂ 'ਚ ਨਾ ਹੋਣ ਰਹੀ ਸੀ ਗੱਲ ਜ਼ੁਬਾਨ ਦੀ ਨਾ, ਪੰਜਾਬੀ ਜ਼ੁਬਾਨ ਦੀ, ਹਾਂਜੀ, ਤੇ ਉਹ ਇੱਕ ਮੈਂ ਵੀਡੀਓ ਤਰ੍ਹਾਂ ਚੱਲਣ ਡਿਆ ਸੀ, ਅਤੇ ਉਹਦੇ 'ਤੇ ਵਾਹਵਾ ਗੱਲਬਾਤ ਸੋਹਣੀ ਗੱਲਬਾਤ ਸ਼ੇਅਰ ਹੋਈ ਸੀ, ਹਾਂਜੀ, ਵੀ ਸਾਨੂੰ ਸ਼ਰਮ ਕਿਉਂ ਮਹਿਸੂਸ ਆਉਂਦੀ ਹੈ, ਵੀ ਸਾਨੂੰ ਉਹ ਮਜ਼ਹਬ ਦਾ ਨਾਂ ਦੇ ਦਿੱਤਾ ਜਾਂਦਾ ਵਾ ਜਦੋਂ ਅਸੀਂ ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਹਾਂ, ਵੀ ਬਾਰਡਰ ਪਾਰ ਦੀ ਜ਼ੁਬਾਨ ਹੈ, ਬਾਰਡਰ ਪਾਰ, ਹਾਲਾਂਕਿ ਇਸ ਜਿਸ ਧਰਤੀ 'ਤੇ ਜਿਸ ਖਿੱਤੇ 'ਤੇ ਬੈਠੇ ਹਾਂ, ਇਹ ਜ਼ੁਬਾਨ ਦਾ ਸਾਡੀ ਜੇ ਆਪਾਂ ਮਲਕੀਅਤ ਕਹੀਏ ਤਾਂ ਇਹ ਖਿੱਤਾ ਵਾ ਜਿੱਥੇ ਆਪਾਂ ਬੈਠੇ ਹਾਂ। ਹਾਂਜੀ ਬਿਲਕੁਲ, ਅਤੇ ਉਹਦੇ 'ਤੇ ਥੋੜ੍ਹੀ ਜਿਹੀ ਜ਼ਰੂਰ ਉਹੀ ਜਿਹੜੀ ਤੁਹਾਡੀ ਵੀਡੀਓ ਵੇਖੀ ਸੀ, ਕਿਸ ਤਰ੍ਹਾਂ ਸੀ ਗੱਲ? ਗੱਲ ਇਹ ਨਾ ਜੀ, ਦੇਖੋ ਜਿਹੜੇ ਆਪਾਂ ਲਹਿੰਦੇ ਪੰਜਾਬ ਦੀ ਗੱਲ ਕਰੀਏ ਨਾ ਜੀ, ਅਤੇ ਬਾਬੇ ਫਰੀਦ ਤੋਂ ਲੈ ਕੇ ਖਵਾਜੇ ਫਰੀਦ ਤੱਕ, ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਵੀ ਆਉਂਦੇ ਨੇ, ਵਿੱਚ ਹੋਰ ਬੁੱਲੇ ਸ਼ਾਹ ਵੀ, ਸਾਰੇ ਬਾਬੇ ਲਹਿੰਦੇ ਵੱਲ ਹੋਏ ਨੇ, ਠੀਕ ਹੈ, ਲੇਕਿਨ ਸਾਡੇ ਜੀ ਕੀ ਕਰਦੇ ਨੇ, ਖੂਹ ਦੀ ਇੱਟ ਪੱਟ ਕੇ ਚਬਾੜਨ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਮਤਲਬ ਕਿ ਹਰ ਸ਼ਹਿਰ ਨੂੰ ਧਰਮ ਦੀ ਆਨਕ ਨਾਲ ਵਹਿੰਦੇ ਨੇ, ਕੋਈ ਵੀ ਸ਼ਾਹ ਹੋਵੇ, ਮਤਲਬ ਕਿ ਜ਼ੁਬਾਨ ਦੀ ਗੱਲ ਕਰ ਲਓ, ਕਲਚਰ ਦੀ ਗੱਲ ਕਰ ਲਓ, ਇੱਕ ਮਾਇੰਡ ਵਾਸ਼ ਕੀਤਾ ਹੋਇਆ ਲੋਕਾਂ ਦਾ, ਠੀਕ ਹੈ ਨਾ, ਕਿ ਲੋਕ ਆਪਣੀ ਅਸਲੀਅਤ ਵੱਲ ਨਾ ਜਾਣ, ਠੀਕ, ਇੱਕ ਇਹਨਾਂ ਨੇ ਯੂਨਿਟੀ ਬਣਾਉਣ ਦੀ ਖਾਤਰ ਨਾਲ ਲੋਕਾਂ ਨੂੰ ਤੋੜ ਲਿਆ, ਠੀਕ ਹੈ ਨਾ, ਯੂਨਿਟੀ ਬਣਾਉਣੀ ਵੀ ਇੱਕ ਜ਼ਬਾਨ ਇੱਕ ਮੁਲਕ ਸਾਰਾ ਕੁਝ, ਠੀਕ ਹੈ ਜੀ, ਹੁਣ ਇੰਡੀਆ ਦੇ ਵਿੱਚ ਵੱਖੋ ਵੱਖ ਜ਼ਬਾਨਾਂ ਨੇ, ਸਾਰਾ ਕੁਝ ਹੈ, ਲੇਕਿਨ ਲੋਕ ਫਿਰ ਵੀ ਇਕੱਠੇ ਰਹਿ ਰਹੇ ਨੇ, ਇਸੇ ਤਰ੍ਹਾਂ ਹੋਰ ਕੰਟਰੀਆਂ ਦੇ ਵਿੱਚ ਵੀ ਹੈ, ਠੀਕ, ਲੇਕਿਨ ਸਾਡੇ ਲੋਕਾਂ ਨੇ ਜਿਹੜੀਆਂ ਇੱਥੋਂ ਦੀਆਂ ਇਹਨਾਂ ਦੀਆਂ ਮਾਦਰੀ ਜ਼ਬਾਨਾਂ ਸੀ ਉਹਨਾਂ ਨੂੰ ਦਬਾਉਣ ਕਰਕੇ ਉਰਦੂ ਲਾਗੂ ਕੀਤੀ, ਠੀਕ ਹੈ, ਵੀ ਤੁਹਾਡੀ ਜ਼ਬਾਨ ਇਹੀ ਹੈ, ਅਤੇ ਜਿਹੜਾ ਬੰਦਾ ਵੀ ਕੋਈ ਹੋਰ ਜ਼ਬਾਨ ਬੋਲੇਗਾ ਜਾਂ ਹੋਰ ਕਲਚਰ ਵੱਲ ਜਾਏਗਾ, ਆਪਣੇ ਵੱਲ ਜਾਏਗਾ, ਵਿਰਸੇ ਵੱਲ, ਉਹ ਬੰਦਾ ਯਾਦ ਆ, ਉਹ ਗੱਲ ਹੈ ਨਾ, ਉਹ ਵੀਡੀਓ 'ਚ ਗੱਲ ਹੋਣੀ ਸੀ ਵੀ ਸਿੰਧੀ ਤੇ ਸਿੰਧੀ ਬੋਲਦੇ ਆ, ਬਲੋਚੀ ਬਲੋਚੀ ਬੋਲਦੇ, ਫਿਰ ਉਹ ਮੁਸਲਮਾਨ ਨਾ ਹੋਏ, ਉਹ ਮੁਸਲਮਾਨ ਨਾ ਹੋਏ। ਹੁਣ ਇਸੇ ਤਰ੍ਹਾਂ ਵੇਖੋ ਨਾ ਵੀ ਯਹੂਦੀ ਜਿਹੜੇ ਨੇ ਉਹ ਵੀ ਅਰਬੀ ਬੋਲਦੇ ਨੇ, ਠੀਕ ਹੈ ਨਾ, ਜ਼ਬਾਨ ਜ਼ਬਾਨ ਦੀ ਗੱਲ ਆਉਂਦੀ ਜੀ, ਜ਼ਬਾਨ ਪੰਜਾਬੀ ਜਿਹੜੀ ਮੁਸਲਮਾਨਾਂ ਦੀ ਜ਼ਬਾਨ ਨਹੀਂ ਹੈ, ਠੀਕ ਹੈ, ਹਾਲਾਂਕਿ ਜ਼ਬਾਨਾਂ ਦੇ ਕੋਈ ਧਰਮ ਮਜ਼ਹਬ ਹੀ ਨਹੀਂ ਹੁੰਦੇ, ਜ਼ਬਾਨਾਂ ਹੁੰਦੀਆਂ ਮਿੱਟੀ ਦੀਆਂ ਜ਼ਬਾਨਾਂ, ਖਿੱਤੇ ਦੀਆਂ। ਮੈਂ ਬਿਲਕੁਲ, ਮੈਂ ਤੇ ਗੱਲ ਕਰਦਾ ਹਾਂ ਅਕਸਰ ਨਾ, ਵੀ ਉਹ ਆਉਂਦੇ ਆ ਵੀ ਅਸੀਂ ਆਉਂਦੇ ਵੀ ਮੈਂ ਯਾਰ ਆਪਣੇ ਜਿਹੜੇ ਅਸੀਂ ਪੰਜਾਬ 'ਚ ਰਹਿਣ ਵਾਲੇ ਹਾਂ, ਅਸੀਂ ਹੁਣ ਚਲੋ ਗੱਲ ਕਰਦੇ ਹਾਂ ਵੀ ਸਾਨੂੰ ਉਰਦੂ ਬੋਲਣ ਲੱਗ ਪਈ, ਅਸੀਂ ਇੰਗਲਿਸ਼ ਬੋਲਦੇ ਹਾਂ, ਪਹਿਲੀਆਂ ਤਾਂ ਸਾਡੇ ਬਜ਼ੁਰਗਾਂ ਨੂੰ ਤਾਂ ਪਤਾ ਹੀ ਨਹੀਂ ਵੀ ਉਰਦੂ ਕੀ ਹੈ ਅਤੇ ਪੰਜਾਬੀ ਕੀ ਹੈ, ਆਹੇ ਅਰਬੀ ਅਤੇ ਉਹਦੀ ਗੱਲ ਕਰਨ ਕੰਪੈਰੀਟਿਵਲੀ ਆਖਦੇ ਕੀ ਸਾਡੀ ਜ਼ੁਬਾਨ ਦੇ ਵਿੱਚ ਜਿਹੜੀ ਅਸੀਂ ਨਮਾਜ਼ ਪੜ੍ਹਦੇ ਹਾਂ, ਦੁਆ ਮੰਗਦੇ ਹਾਂ, ਅੱਲਾਹ ਸਾਡੀ ਸੁਣਦਾ ਨਹੀਂ,
ਅੱਲਾ ਨੂੰ ਪੰਜਾਬੀ ਜ਼ਬਾਨ ਦਾ ਨਹੀਂ ਪਤਾ, ਰੱਬ ਨੂੰ ਨਹੀਂ ਪਤਾ, ਬਿਲਕੁਲ ਬਿਲਕੁਲ ਜੀ ਹਾਂ, ਅਸੀਂ ਫਿਰ ਐਵੇਂ ਤੁਰੇ ਫਿਰਦੇ ਜੇ ਸਾਨੂੰ ਐਵੇਂ ਤੁਰੇ ਫਿਰਦੇ ਜੇ ਤੁਸੀਂ ਅੱਲਾ ਦੀ ਗੱਲ ਕਰਦੇ ਤਾਂ ਜ਼ਬਾਨਾਂ ਤੋਂ ਬੁਆਏ ਬੁਆਇੰਡ ਗੱਲ ਆ, ਬਿਲਕੁਲ ਬਿਲਕੁਲ ਨਹੀਂ ਜੀ ਉਹਨੂੰ ਤੁਸੀਂ ਆਪਾਂ ਜੇ ਮਜ਼ਹਬ ਨਾਲ ਜੋੜਦੇ ਆ ਨਾ ਅੱਜ ਤੋਂ ਸੌਰੀ ਇੰਟਰਪਟ ਕਰ ਰਹੇ ਆ, ਇਹਨਾਂ ਦੇ ਇੱਕ ਵੀ ਚੜ੍ਹਦੇ ਪੰਜਾਬ 'ਚ ਵੀ ਥੋੜ੍ਹਾ ਬਹੁਤਾ ਵਿਤਕਰਾ ਸ਼ੁਰੂ ਹੋਇਆ ਸੀਗਾ ਹੈ ਨਾ, ਹੋਇਆ ਸੀ ਮਤਲਬ ਤੁਹਾਡੇ ਜ਼ਿਆਦਾ ਥੋੜ੍ਹਾ ਉੱਧਰ ਵੀ, ਪਰ ਇਹਨਾਂ ਦੀਆਂ ਗੱਲਾਂ ਦਾ ਉੱਧਰ ਅਸਰ ਬਹੁਤ ਹੋ ਰਿਹਾ ਸੱਚੀ ਗੱਲ ਦੱਸਾਂ, ਉਹ ਸੁਣ ਲੈਂਦੇ ਨੇ ਜੀ ਸਾਡੇ ਵਾਲੇ ਉਹ ਆਗਾ ਟੋਰ ਛੱਡਦੇ ਨੇ ਯਾਰ, ਅਵੇਅਰਨੈਸ ਆਈ ਉੱਥੇ ਲੋਕਾਂ 'ਚ ਸੁਣ ਕੇ, ਔਰ ਸਾਨੂੰ ਵੀ ਅਸੀਂ ਵੀ ਕਿਤੇ ਨਾ ਕਿਤੇ ਅਵੇਸ ਲਏ ਸੀ ਇਸ ਚੀਜ਼ ਨੂੰ ਲੈ ਕੇ, ਮੈਂ ਸੋਚਦਾ ਨਾ ਵੀ ਯਾਰ ਦੋ ਪੰਜਾਬੀ ਬੰਦੇ ਨੇ ਤੁਸੀਂ ਅਮੈਰੀਕਾ ਪਹੁੰਚ ਗਏ ਹੋ, ਤੁਹਾਨੂੰ ਦੋਨੋਂ ਇੰਗਲਿਸ਼ ਆਉਂਦੀ ਦੈਟਸ ਗੁੱਡ, ਭਾਸ਼ਾ ਕੋਈ ਆਉਣੀ ਮਾੜੀ ਗੱਲ ਨਹੀਂ, ਪਰ ਜਦੋਂ ਤੁਸੀਂ ਦੋਵੇਂ ਆਪਸ 'ਚ ਮਿਲਦੇ ਹੋ ਤੁਸੀਂ ਅੰਗਰੇਜ਼ੀ 'ਚ ਗੱਲ ਕਰਦੇ ਹੋ ਤੇ ਇਹ ਇਸ ਬੇਵਕੂਫ ਵਾਲੀ ਗੱਲ ਤੇ ਜਦੋਂ ਤੁਹਾਡੀਆਂ ਗੱਲਾਂ ਸੁਣੀਆਂ ਤੇ ਕਿਤੇ ਕਿਤੇ ਅਸੀਂ ਗਲਤੀ ਕਰਦੇ ਅਸੀਂ ਸੁਧਾਰ ਲਈ ਉਹ ਗਲਤੀ, ਹੁਣ ਜਦੋਂ ਪੰਜਾਬੀ ਬੰਦਾ ਪੰਜਾਬੀ ਨੂੰ ਮਿਲੇਗਾ ਤੇ ਅੰਗਰੇਜ਼ੀ ਦੀ ਲੋੜ ਨਹੀਂ ਕਰਨੀ, ਬੋਲਣੀ ਵੀ ਚਾਹੀਦੀ ਹੈ ਜੀ ਸਾਡੀ ਮਾਦਰੀ ਜ਼ਬਾਨ, ਹਰ ਬੰਦਾ ਹਰ ਕੌਮ ਆਪਣੀ ਜ਼ਬਾਨ ਨੂੰ ਆਪਣੇ ਕਲਚਰ ਨੂੰ ਆਪਣੇ ਪਿਛੋਕੜ ਤਰਜੀਹ ਦਿੰਦਾ, ਸਾਡੇ ਲੋਕ ਨਹੀਂ ਦਿੰਦੇ, ਐਡਾ ਤਕੜਾ ਮਾਈਂਡ ਵਾਸ਼ ਹੋਇਆ ਜੀ 175 ਸਾਲ ਦਾ, ਅਸੀਂ 75 ਸਾਲ ਦੀ ਗੱਲ ਕਰਨੇ ਕਿ ਪਾਕਿਸਤਾਨ ਇੰਡੀਆ ਉਦੋਂ ਵੱਖੋ ਵੱਖ ਹੋਇਆ, ਪੰਜਾਬ ਵੰਡਿਆ, ਵੰਡਿਆ ਤਾਂ ਪੰਜਾਬ ਹੀ ਗਿਆ ਜੀ, ਪੰਜਾਬ ਵੰਡਿਆ ਤਾਂ ਉਦੋਂ ਬਾਅਦ ਆਉਂਦੇ ਜੀ ਮਤਲਬ ਕਿ ਸਾਰਾ ਕੁਛ ਹੋਇਆ ਜ਼ਬਾਨ ਨੂੰ, ਨਹੀਂ ਮੈਂ ਕਹਿੰਦਾ ਉਹਨਾਂ ਕਿ 175 ਸਾਲ ਦਾ, 175 ਸਾਲ ਦਾ ਗੰਦ ਸਾਡੇ ਦਿਮਾਗਾਂ ਦੇ ਵਿੱਚ ਗੋਰਿਆਂ ਨੇ ਸ਼ੁਰੂ ਕਰਤਾ 1849 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਮਰਿਆ ਤਾਂ ਉਹਨੇ ਪੰਜਾਬੀ ਦੇ ਕਾਇਦੇ ਕਿਤਾਬਾਂ ਸਾੜੇ ਅਤੇ ਪੰਜਾਬੀ ਜ਼ਬਾਨ ਨੂੰ ਪਿੱਛੇ ਸੁੱਟਿਆ, ਹੋਰ ਜ਼ਬਾਨਾਂ ਲਿਆ ਕੇ ਇੱਥੇ ਲਾਗੂ ਕੀਤੀਆਂ ਉਹਨਾਂ ਨੇ, ਠੀਕ ਨਾ, ਜ਼ਬਾਨ ਦੇ ਨਾਂ 'ਤੇ ਵੰਡਿਆ, ਧਰਮ ਦੇ ਨਾਂ 'ਤੇ ਵੰਡਿਆ, ਫਿਰ ਜੁਗਰਾਫੀ ਵੰਡ ਕੀਤੀ, 175 ਸਾਲ ਦਾ ਢਿੱਲੋਂ ਸਾਹਿਬ ਗੰਦ ਹੈ ਤਾਂ ਬੜਾ ਹੀ ਔਖਾ ਜਾਣਾ, ਜਾਏਗਾ ਜ਼ਰੂਰ ਇਨਸ਼ਾਅੱਲਾ, ਉਮੀਦ ਹੈ ਨਾ ਵੀ ਉਹਦਾ ਹਜ਼ਰਾ ਸਾਹਿਬ ਉਹਦਾ ਇਨਫਲੂਐਂਸ ਮੈਨੂੰ ਲੱਗਦਾ ਵੀ ਸਾਡੇ 'ਤੇ ਬਹੁਤਾ ਹੋਇਆ, ਬਹੁਤਾ ਹੋਇਆ ਸਾਡੇ 'ਤੇ ਉਹਦਾ ਇਨਫਲੂਐਂਸ ਇਸ ਤਰ੍ਹਾਂ ਬਹੁਤ ਹੋਇਆ ਵੀ ਅਸੀਂ ਹੁਣ ਤੱਕ ਦੀ ਜਿਹੜੀ ਤਾਰੀਖ 75 ਸਾਲ ਪਾਰਟੀਸ਼ਨ ਤੋਂ ਬਾਅਦ ਦੇ ਆ ਨਾ, ਉਹ ਸਾਡੇ ਨਿਸਾਬ ਦੇ ਵਿੱਚ, ਨਿਸਾਬ ਮਤਲਬ ਵੀ ਸਾਡਾ ਜੋ ਹੈਗਾ ਟੈਕਸਟ ਬੋਰਡ ਆ ਪੜ੍ਹਾਈ ਹੈ ਜੋ ਸਕੂਲਾਂ ਦੀ ਹੈ, ਉਹਦੇ ਵਿੱਚੋਂ ਹੌਲੀ 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 ਕਰਕੇ ਜਿਵੇਂ ਪੱਤੇ ਚੁਣ ਨਹੀਂ ਦਿੰਦੇ ਵੀ ਪਹਿਲਾਂ 10ਵੀਂ ਤੱਕ ਫਿਰ 12ਵੀਂ ਤੱਕ ਫਿਰ ਉਹਨੂੰ ਆਸਤਾ ਆਸਤਾ ਵਿੱਚੋਂ ਪੰਜਾਬੀ ਜ਼ਬਾਨ ਨੂੰ ਖਤਮ ਹੀ ਕਰ ਦਿੱਤਾ, ਮਤਲਬ ਹੁਣ ਇੱਥੋਂ ਤੱਕ ਹੋ ਗਈ ਆ ਕਿ ਸਕੂਲਾਂ ਦੇ ਵਿੱਚ ਟੀਚਰਸ ਨਹੀਂ ਹੈ ਜਿਹੜੇ ਪੰਜਾਬੀ ਪੜ੍ਹਾਉਣ ਵਾਲੇ, ਉਸਤਾਦ ਨਹੀਂ ਹੈਗੇ, 12 ਕਰੋੜ ਦੀ ਆਬਾਦੀ ਹੈ ਸਾਡੀ ਅਤੇ 12 ਕਰੋੜ ਦੀ ਆਬਾਦੀ ਜਿਹੜੀ ਹੈ ਉਹ ਪੰਜਾਬ ਨੇ, ਜਦੋਂ ਆਪਾਂ ਗੱਲ ਕਰਦੇ ਹਾਂ ਉਰਦੂ ਦੀ, ਸਿੰਧੀ ਦੀ, ਪਸ਼ਤੋ ਦੀ, ਪੰਜਾਬੀ ਦੀ, ਇਹ ਵੀ ਉੱਦਣ ਗੱਲ ਕਰਨਾ ਸੀ ਵੀ ਤੁਹਾਡੀ ਕਹਿੰਦੇ ਜੀ ਤੁਸੀਂ ਵੀ ਸਾਡੀ ਤੁਸੀਂ ਮਜ਼ਹਬ 'ਤੇ ਆ ਕੇ ਗੱਲ ਚੁੱਕ ਲੈਂਦੇ ਜੇ ਵੀ ਪੰਜਾਬੀ ਬੋਲਦੇ ਆ ਅਤੇ ਉੱਧਰ ਦੇ ਆ ਸਰਦਾਰ ਦੇ ਆ, ਵੀ ਪੰਜਾਬ ਨੇ ਤਾਂ ਤੁਹਾਨੂੰ ਐਕਸੈਪਟ ਕੀਤਾ ਉਸ ਜ਼ਬਾਨ ਨੂੰ, ਪੰਜਾਬੀ ਜ਼ਬਾਨ ਨੂੰ, ਦੂਜੇ ਕਿਸੇ ਸੂਬੇ 'ਤੇ ਐਕਸੈਪਟ ਹੀ ਨਹੀਂ ਕੀਤਾ, ਪੰਜਾਬ ਨੇ ਆਖਿਆ ਵੀ ਠੀਕ ਹੈ ਉਰਦੂ ਜ਼ਬਾਨ ਹੈ ਸਾਡੀ ਕੌਮੀ ਜ਼ਬਾਨ ਹੈ, ਕੋਈ ਗੱਲ ਨਹੀਂ ਸਾਡੀ ਰਾਬਤਾ ਜ਼ਬਾਨ ਹੈ, ਬਿਲਕੁਲ, ਲੇਕਿਨ ਸਾਡੀ ਮਾਂ ਬੋਲੀ ਜ਼ਬਾਨ ਹੀ ਧਿਆਨ ਹੈ, ਪੰਜਾਬੀ ਵੀ ਧਿਆਨ, ਉਹਨੂੰ ਤਾਂ ਅਸੀਂ ਇੰਨਾ ਪਿੱਛੇ ਨਾ ਸੁੱਟੀਏ, ਜਿੰਨਾ ਜਿੰਨੀ ਕੁਰਬਾਨੀ ਪੰਜਾਬ ਨੇ ਦਿੱਤੀ ਨਾ ਜੀ, ਕੁਰਬਾਨੀਆਂ ਚਲੋ ਉੱਧਰ ਚੜ੍ਹਦੇ ਨੇ ਵੀ ਦਿੱਤੀਆਂ ਨੇ, ਲੇਕਿਨ ਜਿਹੜੀ ਦਿੱਤੀ ਨਾ ਆਪਣੇ ਲਹਿੰਦੇ ਪੰਜਾਬ ਨੇ ਜ਼ਬਾਨ ਦੀ, ਉਹ ਮੇਰਾ ਖਿਆਲ ਹੈ ਵੀ ਕਿਸੇ ਕਿਸੇ ਪਾਸੇ ਵੀ ਨਹੀਂ ਹੋਈ ਹੋਣੀ, ਜ਼ਬਾਨ ਇਹਨਾਂ ਛੱਡੀ, ਵਿਰਸਾ ਇਹਨਾਂ ਛੱਡਿਆ, ਔਰ ਅੱਜ ਵੀ ਸਭ ਤੋਂ ਜ਼ਿਆਦਾ ਤਗੜਾ ਜੱਫਾ ਆਪਾਂ ਪਾਇਆ ਹੋਇਆ ਉਰਦੂ ਨੂੰ, ਅੱਜ ਤੁਸੀਂ ਸਿੰਧ ਦੇ ਚਲੋ ਜਾਂ ਬਲੋਚਿਸਤਾਨ ਚਲੋ, ਉਹਨਾਂ ਨੇ ਸੜਕਾਂ ਸਾਈਨ ਬੋਰਡ ਸਿੰਧੀ ਵਿੱਚ ਨੇ, ਪਸ਼ਤੋ ਵਿੱਚ ਨੇ, ਆਈਡੀ ਕਾਰਡ ਉਹਨਾਂ ਦੇ ਸਿੰਧੀ ਵਿੱਚ ਨੇ, ਅਸੈਂਬਲੀ ਦੀ ਕਾਰਵਾਈ ਉਹਨਾਂ ਦੀ ਸਿੰਧੀ ਦੀ ਸ਼ੁਰੂ ਹੁੰਦੀ ਜੀ, ਸਾਡਾ ਵੜੈਚ ਸਾਹਿਬ ਨੂੰ ਅਸੈਂਬਲੀ ਦੇ ਆਪਣੇ ਰਹਿਣੇ, ਮੈਂ ਆਪਣਾ ਕੀ ਕਹਿੰਦੇ ਸਪੀਕਰ ਸਾਹਿਬ ਚੋਰੀ ਪ੍ਰਵੇਦ ਲਈ, ਠੀਕ ਹੈ ਜੱਟ ਹੈ, ਮਾਂ ਬੋਲੀ ਪੰਜਾਬੀ ਹੈ, ਕਦੇ ਨਹੀਂ ਸੁਣਿਆ ਪੰਜਾਬੀ ਦੀ ਗੱਲ ਕਰਦਾ, ਪਾਕਿਸਤਾਨ ਦੀ ਸਿਆਸਤ ਦੇ ਵਿੱਚ ਮੇਰਾ ਖਿਆਲ ਹੈ ਕਿ 70% ਜੱਟ ਬੈਠੇ ਨੇ, ਇਹਨਾਂ ਤੋਂ ਬਗੈਰ ਮੁਲਕ ਨਹੀਂ, ਹਕੂਮਤਾਂ ਨਹੀਂ ਚੱਲਦੀਆਂ, ਕਦੀ ਕਿਸੇ ਮਾਂ ਦੇ ਪੁੱਤਰ ਨੇ ਗੱਲ ਹੀ ਨਹੀਂ ਕੀਤੀ। ਅਗਲੇ ਦਿਨ ਨਾ ਉਹਦਾ ਮੁੰਡਾ ਸਾਡੇ ਸਾਬਕਾ ਸੀਐਮ ਦਾ, ਉਹਨੇ ਨਾ ਟਵਿੱਟਰ 'ਤੇ ਇੱਕ ਪੋਸਟ ਲਾਈ ਸੀ ਕਿ ਜਿਹੜੇ ਸਾਈਨ ਬੋਰਡ ਲੱਗਦੇ ਨੇ ਨਾ, ਇਹਨਾਂ ਨੂੰ ਸਾਡੀ ਮਾਦਰੀ ਜ਼ਬਾਨ ਆ, ਸੋਰੀ ਮਾਦਰੀ ਕਹਿਣ ਡਿਆ ਵੀ ਸਾਡੀ ਕੌਮੀ ਜ਼ਬਾਨ ਹੈ ਉਰਦੂ, ਇਹ ਸਾਈਨ ਬੋਰਡ ਜਿਹੜੇ ਪੈਪਸੀ ਦੇ ਜਾਂ ਹੋਰ ਐਡਵਰਟਾਈਜ਼ਮੈਂਟ ਦੇ ਜਿੰਨੇ ਵੀ ਨੇ ਨਾ, ਇਹਨਾਂ ਨੂੰ ਤੁਸੀਂ ਉਰਦੂ 'ਚ ਲਿਖੋ। ਮੈਂ ਉਹਦੇ ਥੱਲੇ ਕਮੈਂਟ ਕੀਤਾ ਸੀ, ਉੱਥੇ ਵਾਹਵਾ ਬਹਿਸ ਛਿੜੀ, ਮੈਂ ਕਿਹਾ ਵੀ ਮੋਨਸ ਲਾਈ ਸਾਹਿਬ ਤੁਹਾਡੇ ਫਾਦਰ ਸਾਹਿਬ ਬਿਲੋਂਗ ਕਰਦੇ ਆ ਪੰਜਾਬ ਤੋਂ, UPCP ਤੋਂ ਨਹੀਂ ਆਏ, ਤੇ ਪਹਿਲਾਂ ਪੰਜਾਬੀ ਦੀ ਵੀ ਗੱਲ ਕਰ ਲਓ, ਪੰਜਾਬੀ ਦੀ ਵੀ ਗੱਲ ਕਰ ਲਓ, ਨਹੀਂ ਸਾਡੇ ਹੋਇਆ ਸੀ ਅਸੀਂ ਵੀ ਸਾਨੂੰ ਇਖਤਲਾਫ ਨੀ ਆਇਆ ਹਜ਼ਰਾ ਸਾਹਿਬ, ਬਿਲਕੁਲ ਉਰਦੂ ਜ਼ਬਾਨ ਹੋਰ ਨਾ, ਤੁਸੀਂ ਪੰਜਾਬ ਦੀ ਅਸੈਂਬਲੀ ਚ ਬਹਿੰਦੇ ਤੇ ਉੱਥੇ ਪੰਜਾਬ ਅਸੈਂਬਲੀ ਲਿਖਿਆ ਬਾਹਰ, ਉਹਦਾ ਮਤਲਬ ਕੀ ਆ, ਇਹ ਪੰਜਾਬ ਹੈ ਪੰਜਾਬੀ, ਤੁਸੀਂ ਇੰਦਰ ਅਸੈਂਬਲੀ ਚ ਬਹਿ ਕੇ ਬੋਲਦੇ ਉਰਦੂ ਚ, ਕਾਰਵਾਈ ਉਰਦੂ ਆ, ਸਾਰਾ ਕੁਛ ਉਰਦੂ ਆ, ਪੰਜਾਬੀ ਆ ਤੇ ਤੁਸੀਂ ਹੈ ਨੀ ਉਹ ਸਕੂਲਾਂ ਚ ਵੀ ਹੈ ਨੀ। ਅੱਛਾ ਇੱਕ ਹੋਰ ਬੜੀ ਗੱਲ ਹੈ ਵੀ ਆਪਾਂ ਪੰਜਾਬੀ ਦੀ ਗੱਲ ਕਰਦੇ ਪਏ ਨਾ,
ਆਪਾਂ ਕਿਤੇ ਵੀ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰੀਏ ਨਾ ਪੰਜਾਬੀ ਦੀ, ਉਹਨਾਂ ਦੇ ਜਾ ਯਾਰ ਤੂੰ ਤਾਂ ਲਸਾਨੀਅਤ ਮਤਲਬ ਕਿ ਤੂੰ ਜ਼ਬਾਨਾਂ ਦਾ ਨਾਂ ਤਾਂ ਵੰਡਦਾ, ਠੀਕ ਆ, ਤੂੰ ਉਰਦੂ ਤੋਂ ਨਫ਼ਰਤ ਕਰਦਾ। ਅਸੀਂ ਉਰਦੂ ਤੋਂ ਨਫ਼ਰਤ ਨਹੀਂ ਕਰਦੇ, ਸਾਡੀ ਸਟੇਟ ਦੀ ਜ਼ਬਾਨ ਹੈ, ਸਾਡਾ ਰਾਬਤਾ ਕਰਾਉਂਦੀ ਦੂਜੇ ਲੋਕਾਂ ਨਾਲ, ਠੀਕ ਹੈ, ਲੇਕਿਨ ਉਹਦੇ ਨਾਲ ਨਾਲ ਅਸੀਂ ਆਪਣਾ ਹੱਕ ਮੰਗਦੇ ਹਾਂ ਜਿਹੜਾ ਸਾਡੀ ਸਾਨੂੰ ਮਾਂ ਦੀ ਕੁੱਖੋਂ ਮਿਲਦਾ, ਠੀਕ ਹੈ ਨਾ। ਚਲੋ ਅਸੀਂ ਸੁੱਤੇ ਰਹੇ, ਸਾਡਾ ਮਾਇੰਡ ਵਾਸ਼ ਨਹੀਂ ਨਹੀਂ ਪਤਾ ਲੱਗਾ, ਸਾਡੇ ਵੜਕਿਆਂ ਨੂੰ ਨਹੀਂ ਸੀ ਪਤਾ ਵਿਚਾਰੇ ਧੱਕੇ ਖਾਂਦੇ ਇੱਥੇ ਪਹੁੰਚੇ, ਕੁੱਟਾਂ ਮਾਰਾਂ ਸਹੀਆਂ ਉਹਨਾਂ ਆ ਕੇ ਇੱਥੇ ਦੋ ਦੋ ਕਨਾਲਾ ਕਨਾਲਾ ਕਨਾਲ ਪੁਆਇੰਟ ਲੱਭੀ ਬਹਿ ਗਾ ਆ ਕੇ, ਉਹਨਾਂ ਨੂੰ ਨਹੀਂ ਸੀ ਪਤਾ ਕਿਵੇਂ ਕਰਨਾ ਕਿਵੇਂ ਬੋਲਣਾ, ਠੀਕ ਹੈ। ਹੁਣ ਅਸੀਂ ਹੁਣ ਮੰਗਦੇ ਹਾਂ, ਸਾਨੂੰ ਸਾਡੇ ਬੰਦੇ ਕਹਿੰਦੇ ਤੁਸੀਂ ਦੇਖਦੇ ਹੋ ਸਾਡੇ ਵਾਕਿਆ ਦੀ ਗੱਲ ਸਹੀ ਮਜ਼ਬ ਨਾਲ ਜੋੜਨਾ ਤਾਂ ਇਹੀ ਗਲਤ। ਹੁਣ ਜਿਹੜੇ ਕਾਬਲੀ ਸਿੱਖ ਜਿਹੜੇ ਅਫਗਾਨਿਸਤਾਨ ਜਿਹੜੇ ਉਹਨਾਂ ਨੂੰ ਪੰਜਾਬ ਆਉਂਦੀ ਨਹੀਂ ਆਉਂਦੀ ਨਹੀਂ, ਪਰ ਫੋਲੋ ਰਿਲੀਜਨ ਨੂੰ ਕਰਦੇ ਆ। ਹੁਣ ਵੀ ਨਨਕਾਣਾ ਸਾਹਿਬ ਬੈਠੇ ਬੋਲਦੇ ਪਸ਼ਤੋ, ਬੋਲਦੇ ਪਸ਼ਤੋ, ਬੋਲਦੇ ਪਸ਼ਤੋ, ਉਹਨਾਂ ਨੂੰ ਆਉਂਦੀ ਪਸ਼ਤੋ। ਉਹੀ ਗੱਲ ਹੈ ਨਾ ਜੀ, ਧਰਮ ਦੇ ਨਾਲ ਜ਼ਬਾਨ ਨੂੰ ਉਹ ਬਾਰ ਬਾਰ ਗੱਲ ਖੂਹ ਦੀ ਇੱਟ, ਜਿਹੜੀ ਚੁਬਾਰੇ ਦੀ ਇੱਟ ਖੂਹ ਨੂੰ ਲਾਉਂਦੇ ਆ। ਅੱਛਾ, ਇਹਦੇ 'ਚ ਹਜ਼ਰਾ ਸਾਹਿਬ ਜਿਵੇਂ ਤੁਸੀਂ ਜੁੜੇ ਹੋ, ਬਾਕੀ ਹੋਰ ਵੀ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਖਾਸ ਤੌਰ 'ਤੇ, ਕਿਉਂਕਿ ਹੁਣ ਆਉਣ ਵਾਲਾ ਟਾਈਮ ਜਿਹੜਾ ਵਾ, ਅਸੀਂ ਹਲੇ ਵੀ ਪਿੱਛੇ ਦੂਜੇ ਮੁਲਕਾਂ ਦੇ ਨਾਲੋਂ, ਪੂਰੀ ਦੁਨੀਆ ਨਾਲੋਂ ਅਸੀਂ ਪਿੱਛੇ ਥੋੜ੍ਹੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਦੇ ਹਿਸਾਬ ਨਾਲ, ਵਰਤੋਂ ਦੇ ਹਿਸਾਬ ਨਾਲ ਕਰਦੇ, ਅਤੇ ਆਉਣ ਵਾਲਾ ਟਾਈਮ ਜਿਹੜਾ ਵਾ TV2 ਵੀ ਜਿਹੜੇ ਵਾ ਇਹ ਮੇਨ ਸਟ੍ਰੀਮ ਮੀਡੀਆ 'ਤੇ ਤਕਰੀਬਨ ਮੁੱਕ ਗਿਆ ਅਤੇ ਮੁੱਕ ਹੀ ਜਾਣਾ, ਇਹ ਸਾਰਾ ਕੁਛ ਹੋਰ 'ਤੇ ਆ। ਬਿਲਕੁਲ, ਇਹਦਾ ਜ਼ਾਹਰੀ ਗੱਲ ਹੈ ਹੁੰਦੀ ਰੈਜ਼ਿਸਟੈਂਸ ਤਾਂ ਹੁੰਦੀ ਹੈ, ਤੁਹਾਨੂੰ ਬਹੁਤ ਕੁਛ ਸੁਣਨਾ ਵੀ ਪੈਂਦਾ, ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪੈਂਦੀਆਂ, ਬੰਦੇ ਇਸ ਗੱਲ ਦਾ ਵੀ ਗੁੱਸਾ ਕਰਦੇ ਵੀ ਉਹ ਸਾਡੀ ਕਿਤੇ ਕੌਮ ਦੀ ਆ ਜੇ ਨਾ ਗੱਲ, ਮਜ਼ਹਬ ਦੀ ਮਜ਼ਹਬ ਵਾਲੀ ਗੱਲ ਤੇ ਕਰਨੀ ਨੀ ਨਾ, ਆਪਾਂ ਬਰਾਦਰੀ ਦੀ ਗੱਲ ਨਹੀਂ ਹੋਣੀ ਚਾਹੀਦੀ, ਕਿਸੇ ਬਰਾਦਰੀ ਇਹ ਇਹ ਹੁੰਦਾ ਰਹਿਣਾ, ਪਿੱਛੇ ਪੈਰ ਨਹੀਂ ਮੁੱਟਣਾ, ਬਿਲਕੁਲ ਵੀ ਨਹੀਂ, ਸਵਾਲ ਹੀ ਪਿੱਛੇ ਮੁੱਢਣ ਤੁਰੇ ਨਹੀਂ ਆਪਾਂ ਜੀ। ਤੁਹਾਨੂੰ ਗੱਲ ਸੁਣਾਉਣਾ, ਸਾਡੇ ਤਾਂ ਇੱਥੇ ਤੱਕ ਹਾਲਾਤ ਨੇ, ਆਪਾਂ ਪੰਜਾਬ ਦਾ 12 ਕਰੋੜ ਦਾ ਸੂਬਾ ਹੈ ਜੀ, ਸਾਰੇ ਪੰਜਾਬੀ ਨੇ, ਆਪਣੇ ਕੋਲ ਸਾਰੇ ਬੰਦੇ ਬੈਠੇ ਪੰਜਾਬੀ। ਸ਼ੇਖ ਰੀਲਸਗਰ ਸਾਹਿਬ MNA ਨੇ ਜੀ, ਲਾਹੌਰ ਦੇ ਗਵਾਲ ਮੰਡੀ ਲਾਗੇ ਕਿਤੇ ਰਹਿੰਦੇ ਨੇ, ਉਹ ਚਾਦਰਾ ਬੰਨਦੇ ਨੇ, ਲਾਚਾ ਬੰਨਦੇ, ਉਹਨਾਂ ਨੂੰ ਸ਼ੌਕ ਹੈ, ਠੀਕ ਹੈ, ਸ਼ੁਰੂ ਤੋਂ ਹੀ ਉਹ ਮਤਲਬ ਕਿ ਬੰਨਦੇ ਨੇ, ਅਤੇ ਉਹ ਬੰਦਾ ਪੰਜਾਬੀ ਵੀ ਬੋਲਦਾ। ਅਗਲੇ ਦਿਨ ਉਹ ਇਸਲਾਮਾਬਾਦ ਕਿਸੇ ਕਲੱਬ ਦੇ ਵਿੱਚ ਗਿਆ ਨੇ, ਉੱਥੇ ਸਾਰੇ ਪੋਲੀਟੀਸ਼ੀਅਨ ਸਾਰੇ ਸਿਆਸਤਦਾਨ ਇਕੱਠੇ ਸੀ, ਠੀਕ ਹੈ, ਉਹਨੂੰ ਉੱਥੇ ਅੰਦਰ ਨਹੀਂ ਵੜਨ ਦਿੱਤਾ, ਠੀਕ ਹੈ, ਬਾਅਦ ਦੇ ਵਿੱਚ ਕਿਤੇ ਅੰਦਰ ਗਿਆ, ਮੁੜ ਕੇ ਉਹਨੂੰ ਖਾਣਾ ਸਰਫ ਨਹੀਂ ਕੀਤਾ, ਵਜ੍ਹਾ ਪੁੱਛੀ ਕੀ, ਉਹਨੇ ਕਿਹਾ ਤੂੰ ਚਾਦਰਾ ਲਾਇਆ ਹੋਇਆ ਵੇ, ਹੁਣ ਇੱਕ ਬਲੋਚ ਬਲੋਚੀ ਸਲਵਾਰ ਪਾ ਕੇ ਆਇਆ, ਉਹਨੂੰ 250 ਵਾਲ ਪਿਆ, ਕੋਈ ਮਸਲਾ ਨਹੀਂ, ਇੱਕ ਸਿੰਧੀ ਸਿੰਧੀ ਟੋਪੀ ਰੱਖ ਕੇ ਆਇਆ ਵੇ, ਕੋਈ ਮਸਲਾ ਨਹੀਂ, ਪਠਾਨ ਨੇ 3 ਮੀਟਰ ਦੀ ਪੱਗ ਸਿਰ 'ਤੇ ਪਗੜ ਵਲਿਆ, ਕੋਈ ਮਸਲਾ ਨਹੀਂ, ਸਾਡਾ ਬੰਦਾ ਚਾਦਰ ਬੰਨ ਕੇ ਚਲਾ ਗਿਆ, ਉਹਨੂੰ ਚੱਕ ਬਾਹਰ ਕੱਢਤਾ, ਉਹ ਇਕੱਲਾ ਹੀ ਤਿਆਰ ਕਰਦਾ ਵੀਰੇ, ਸੜਕਾਂ ਦੇ ਨਾਲ ਬੰਦਾ ਵੀ ਕੋਈ ਨਹੀਂ, ਬੰਦਾ ਵੀ ਕੋਈ ਨਹੀਂ, ਹੈ ਵੀ MLA ਸਾਹਿਬ ਦੇਖ ਲਓ, ਹੈ ਨੂਨ ਲੀਗ ਦਾ। ਚਲੋ ਜੀ, ਲੱਗੇ ਆ ਹੌਲੀ ਹੌਲੀ ਇਹ ਮਾਮਲਾ, ਜਿਹੜੇ ਰੈਜ਼ਿਸਟੈਂਸ ਹੋਏਗੀ ਤੇ ਫੇਰ ਹੀ ਉੱਥੇ ਨਾਲ ਤੁਹਾਡੇ ਜਿਹੜੇ ਆ, ਹਾਂਜੀ, ਤੁਹਾਡੇ ਬੋਲਣ ਨਾਲ ਹੀ ਪਬਲਿਕ 'ਚ ਅਵੇਅਰਨੈਸ ਆਊਗੀ, ਪਹਿਲੋਂ ਲੋਕ ਵਿਰੋਧ ਕਰਨਗੇ, ਮਗਰੋਂ ਲੋਕ ਚੁੱਪ ਹੋ ਜਾਂਦੇ, ਤੇ ਤੀਜੀ ਪੜਾਅ ਦਾ ਲੋਕ ਤੁਹਾਡੇ ਨਾਲ ਤੁਰ ਪੈਂਦੇ, ਤੁਰ ਪੈਂਦੇ ਨੇ, ਬਿਲਕੁਲ, ਤੇ ਤੁਸੀਂ ਲੱਗੇ ਬੜੀ ਵੱਡੀ ਸੇਵਾ, ਉਹਦੀ ਸਾਰਿਆਂ ਨਾਲ ਵੱਡੀ ਮਿਸਾਲ ਇਹ ਵਾ ਵੀ ਜਦੋਂ ਤੁਹਾਨੂੰ ਲੋਕ ਸ਼ੇਅਰ ਕਰਦੇ ਆ, ਥੱਲੇ ਕਮੈਂਟ ਕਰਦੇ ਆ, ਉਸ ਵੀਡੀਓ ਨੂੰ ਅੱਗੇ ਪਹੁੰਚਾਉਂਦੇ, ਉਹਦਾ ਮਤਲਬ ਹੈ ਵੀ ਲੋਕ ਤੁਹਾਡੇ ਨਾਲ ਜੁੜੇ, ਜੁੜਦੇ ਆ, ਤੁਹਾਡੀ ਲੌਜੀਕ ਆ, ਹਾਂ, ਜਿਹੜੇ ਤਰਕ ਨਾਲ ਤੁਸੀਂ ਗੱਲ ਕਰਦੇ ਹੋ, ਇਹਦਾ ਜਵਾਬ ਕਿਸੇ ਕੋਲ ਨਹੀਂ ਹੈਗਾ, ਉਹ ਕੋਈ ਜਿੱਦ ਕਰੀ ਜਾਵੇ ਵੀ ਮੈਂ ਦਿਨ ਨੂੰ ਰਾਤ ਹੀ ਕਹਿਣਾ ਜੋ ਮਰਜ਼ੀ ਕਰ ਜਾਓ, ਜਦੋਂ ਕਿਤੇ ਬਹਿਸ ਮਬਹਿਸਾ ਹੁੰਦਾ ਨਾ ਜੀ ਕਿਸੇ ਨਾਲ ਵੀ, ਕੋਈ ਵੀ ਕਹਿੰਦਾ ਸੀ ਕਿ ਬੜੇ ਖੱਬੀ ਖਾਨ ਆ, ਸਾਡੇ ਨਾਲ ਬਹਿ ਗੱਲ ਕਰ ਲਓ, ਉਹੀ ਇੱਕ ਦੋ ਵਾਰੀ, ਠੀਕ ਹੈ, ਜਾਂ ਗਾਲਾਂ ਕੱਢ ਕੇ ਨਿਕਲਦੇ ਨੇ, ਤੇ ਜਾਂ ਧਰਮ ਦਾ ਸਹਾਰਾ ਲੈ ਕੇ, ਤੂੰ ਤਾਂ ਮੁਸਲਮਾਨ ਨਹੀਂ, ਤੂੰ ਹੈ ਹੀ ਸਿੱਖ, ਤੂੰ ਪੰਜਾਬੀ ਦੀ ਗੱਲ ਹੀ ਕਰੀ ਜਾਂਦਾ, ਤੂੰ ਹੈ ਹੀ ਸਿੱਖ, ਜਾਂ ਤੁਰ ਜਾ ਉੱਧਰ ਇੰਡੀਆ ਦੇ ਵਿੱਚ, ਸਾਨੂੰ ਇੱਧਰ ਨਾਲ ਆ ਜਵਾਬ ਆਉਣ, ਉਹ ਤੁਹਾਡੇ ਜਦੋਂ ਆਉਂਦੇ ਨਾ ਵੀ ਉਹਦੀ ਗੱਲ ਕੋ ਕਰਦੇ ਜਾਂਦੇ ਵੀ ਜਾ ਪਾਕਿਸਤਾਨ ਚੱਲ ਜਾ, ਪਾਕਿਸਤਾਨ ਚੱਲੇ, ਸਾਡੇ ਇੱਥੇ ਵੀ ਬਹੁਤ ਤੁਸੀਂ ਇਹੀ ਕੰਮ ਆ, ਜੇ ਜ਼ਿਆਦਾ ਬੋਲੋਗੇ ਤੇ ਜਾ ਕਰੋਗੇ ਤੇ ਸਾਡੇ ਤੇ ਮਿਹਣਾ ਇਹੋ ਹੁੰਦਾ ਵੀ ਤੂੰ ਚੱਲ ਜਾ ਉੱਧਰ ਪਾਕਿਸਤਾਨ, ਸਾਡੇ ਵੀ ਇਹੀ ਮਿਹਣਾ, ਜਾ ਟੁਰ ਜਾ ਉੱਧਰ। ਅੱਛਾ, ਦੂਸਰਾ ਹੰਜਰਾ ਸਾਹਿਬ, ਤਾਰੀਖ ਦੀ ਗੱਲ ਕਰਦੇ, ਹਿਸਟਰੀ ਦੀ ਗੱਲ ਕਰਦੇ, ਕੋਟ ਕਰਦੇ ਜੀ ਕੁਛ ਗੱਲਾਂ ਗੁਰੂ ਸਾਹਿਬਾਨ ਦੀਆਂ, ਉਹ ਪ੍ਰੋਪਰ ਉਹਨੂੰ ਪੜ੍ਹ ਲਿਖ ਕੇ ਕਰਦੇ ਜਾਂ ਪਤਾ ਹੁੰਦਾ ਵਾ ਕਿਸ ਤਰ੍ਹਾਂ ਉਹਨੂੰ ਤੁਸੀਂ ਕੋਟ ਕਰਦੇ, ਕਿਉਂਕਿ ਇਹ ਚੀਜ਼ਾਂ ਬੜੀਆਂ ਸੈਂਸਿਟਿਵ ਹੁੰਦੀਆਂ ਨਾ ਵੀ ਕੁਛ ਗਲਤ ਨਾ ਹੋ ਜਾਏ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਮੇਰੇ ਕੋਲ ਜੀ ਆਪਣਾ ਬਾਬਾ ਗੁਰੂ ਨਾਨਕ ਸਾਹਿਬ ਦਾ ਜਿੰਨਾ ਕਲਾਮ ਹੈ ਨਾ ਜੀ, ਉਹ ਮੇਰੇ ਕੋਲ PDF 'ਚ ਵੀ ਆਇਆ, ਕਿਤਾਬਾਂ ਵੀ ਆਇਆ ਆਪਣਾ ਉਰਦੂ ਦੇ ਵਿੱਚ, ਠੀਕ ਹੈ, ਸ਼ਾਹਮੁਖੀ ਦੇ ਵਿੱਚ ਵੀ ਟ੍ਰਾਂਸਲੇਸ਼ਨ ਮੇਰੇ ਕੋਲ ਮੌਜੂਦ ਹੈ ਉਹਦੀ, ਠੀਕ ਹੈ, ਹੋਰ ਬਾਬਾ ਬੁੱਲੇ ਸ਼ਾਹ ਦੀਆਂ ਨੇ ਜਾਂ ਬਾਕੀ, ਉਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਜੋ, ਉਹ ਮੇਰੇ ਕੋਲ ਇੱਧਰ ਕਿਤਾਬਾਂ ਦੇ ਵਿੱਚ ਹੈ, ਜਿਹੜੀਆਂ ਕਿਤਾਬਾਂ ਟ੍ਰਾਂਸਲੇਸ਼ਨ ਹੈ ਜੀ ਗੁਰਮੁ ਆਪਣਾ ਸ਼ਾਹਮੁਖੀ ਦੇ ਵਿੱਚ ਅਤੇ ਉਰਦੂ ਦੇ ਵਿੱਚ, ਉੱਥੋਂ ਫਿਰ ਮੈਂ ਪੜ੍ਹ ਲੈਂਦਾ, ਯਾਦ ਕਰ ਲੈਂਦਾ ਵਾਂ,
ਤੇ ਉਹ ਪੂਰਾ ਪ੍ਰੋਪਰ ਫਿਰ ਉਹ ਬੋਲ ਲਈਦਾ ਬਾਅਦ ਚ ਫਿਰ ਕਲਮਾ ਪੜ ਕਲਮੇ ਸੁਣਾ ਕੇ ਜਾਂਚ ਸੁਣਾਉਣੀ ਕਲਮੇ ਸੁਣਾਉਣੇ ਪੈਂਦੇ ਨਹੀਂ ਜੀ ਅੱਗੇ 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 ਮੈਨੂੰ ਤਿੰਨ ਆਉਂਦੇ ਸੀ ਜਦੋਂ ਪਾਕਿਸਤਾਨ ਆਇਆ ਪੂਰੇ ਪੰਜ ਛੇ ਯਾਦ ਕਰਕੇ ਮੈਂ ਕਿਹਾ ਸੁਣਾਉਣੇ ਪੈ ਸਕਦੇ ਕਿਤੇ ਵੀ ਠੀਕ ਹੈ ਨਾ ਜੀ ਟੈਗ ਲਾਇਆ ਹੈ ਨਾ ਜੀ ਤੂੰ ਜਾ ਟੁਰ ਜਾ ਵਾਗਿਓ ਬਾਹਰ ਤੂੰ ਪੰਜਾਬੀ ਬੋਲਦਾ ਤੂੰ ਚਾਦਰ ਬੰਨਣਾ ਤੂੰ ਕੁੜਤਾ ਪਾਉਣਾ ਤੂੰ ਜਾ ਟੁਰ ਜਾ ਮੈਂ ਇਸ ਵੀਡੀਓ ਦੀ ਰਾਹੀਂ ਵੀ ਜਿੰਨੇ ਵੀ ਸਾਨੂੰ ਉੱਧਰ ਵੇਖਦੇ ਨੇ ਇਸਲਾਮ ਸਾਡਾ ਜਿਹੜਾ ਮਜ਼ਹਬ ਇਸਲਾਮ ਆ ਜੇ ਅਸੀਂ ਫਤਿਹ ਮੱਕਾ ਦੇ ਮੌਕੇ ਦੀ ਗੱਲ ਕਰਦੇ ਨਾ ਉਹਦੇ ਜਦੋਂ ਫਤਿਹ ਮੱਕਾ ਆਇਆ ਸੀ ਅਤੇ ਉਹ ਲੋਕ ਜਿਨ੍ਹਾਂ ਨੇ ਆਪਦੇ ਚਚਾਦਾ ਦਾ ਕਲੇਜਾ ਚਬਾਇਆ ਸੀ ਉਹਨਾਂ ਲੋਕਾਂ ਨੂੰ ਮਾਫ਼ ਕਰ ਦਿੱਤਾ ਸੀ ਠੀਕ ਹੈ ਸਾਡਾ ਇਸਲਾਮ ਤਾਂ ਆ ਬੜਾ ਵੱਡਾ ਬੜਾ ਖੁੱਲ੍ਹਾ ਦਿਲ ਵਾਲਾ ਬੜੀਆਂ ਨਰਮੀਆਂ ਉਹਦੇ 'ਚ ਸੋਫਟ ਸੋਫਟ ਆ ਦੂਜੇ ਮਜ਼ਹਬਾਂ ਵਾਸਤੇ ਦੂਜੇ ਲੋਕਾਂ ਵਾਸਤੇ ਸਾਰਿਆਂ ਵਾਸਤੇ ਲੇਕਿਨ ਸਾਡੇ ਕੁਛ ਕਿਰਦਾਰ ਐਸੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਸਮੇਟ ਦਿੱਤਾ ਅਤੇ ਉਹ ਉਸ ਮਜ਼ਹਬ ਨੂੰ ਡੰਡਾ ਫੜਾ ਦਿੱਤਾ ਕਿ ਇਹ ਮਜ਼ਹਬ ਦੇ ਕੋਲ ਡੰਡਾ ਵਾ ਅਤੇ ਤੁਸੀਂ ਕੁਛ ਗਲਤ ਕਰੋਗੇ ਤੁਹਾਨੂੰ ਡੰਡੇ ਵੱਜਣਗੇ ਠੀਕ ਹੈ ਵੀ ਕੋਈ ਐਸੀ ਤੁਸੀਂ ਗੱਲ ਕਰੋ ਵੀ ਉਹਨਾਂ ਲੋਕਾਂ ਦੀ ਰੋਟੀ ਨਹੀਂ ਚੱਲਦੀ ਵੀ ਜਦੋਂ ਡੰਡੇ ਦਾ ਸਹਾਰਾ ਨਹੀਂ ਲੈਂਦੇ ਜਹਾਦ ਦੀ ਗੱਲ ਕਰਦੇ ਹਾਂ ਵੀ ਜਹਾਦ ਸਾਡੇ 'ਤੇ ਜਹਾਦੀ ਪੂਰੀ ਦੁਨੀਆ 'ਚ ਇਸ ਗੱਲ ਨੂੰ ਕਰ ਦਿੱਤਾ ਗਿਆ ਵੀ ਮੁਸਲਮਾਨ ਜਹਾਦੀ ਜਹਾਦ ਹੈ ਵੀ ਮਜ਼ਲੂਮ 'ਤੇ ਜ਼ੁਲਮ ਹੁੰਦਾ ਉਹਦੇ ਖਿਲਾਫ਼ ਜਹਾਦ ਕਰੋ ਜਿਹੜਾ ਜ਼ਾਲਮ ਹੈ ਉਹਦੇ ਖਿਲਾਫ਼ ਜਹਾਦ ਕਰੋ ਇਹ ਸਿੱਖ ਮਜ਼ਹਬ ਵੀ ਕਹਿੰਦਾ ਵਾ ਹਿੰਦੂ ਮਜ਼ਹਬ ਵੀ ਕਹਿੰਦਾ ਵਾ ਈਸਾਈਅਤ ਵੀ ਕਹਿੰਦੀ ਆ ਸਾਰੇ ਕਹਿੰਦੇ ਪਾਪ ਕਰਨਾ ਪਾਪ ਕਹਿੰਦੇ ਪਾਪ ਜਿਹੜਾ ਕਰਨਾ ਉਹ ਪਾਪ ਹੀ ਹੈ ਜੁਰਮ ਕਰਨਾ ਪਾਪ ਆ ਪਰ ਜੁਰਮ ਸਹਿਣਾ ਉਸ ਤੋਂ ਵੱਡਾ ਪਾਪ ਉਸ ਤੋਂ ਵੱਡਾ ਪਾਪ ਹੁਣ ਦੇਖੋ ਨਾ ਜੀ ਜਦੋਂ ਵੀ ਅਸੀਂ ਆਪਣਾ ਜ਼ਬਾਨ ਦੀ ਗੱਲ ਕਰਦੇ ਹਾਂ ਨਾ ਜੀ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈ ਅੱਛਾ ਇਹ ਜ਼ਬਾਨ ਤਾਂ ਚਲੋ ਠੀਕ ਹੈ ਅੱਗੇ ਜਿਹੜੇ ਉਹਦੇ ਐਕਸੈਂਟ ਨੇ ਠੀਕ ਹੈ ਨਾ ਹੁਣ ਮੈਂ ਇੱਕ ਦੋ ਚਾਰ ਬੋਲ ਲੈਂਦਾ ਐਕਸੈਂਟ ਨੇ ਐਕਸੈਂਟ ਦਾ ਵੀ ਉਹਦੇ ਬਾਰੇ ਵੀ ਬੜੀ ਕਨਫਿਊਜ਼ਨ ਹੁੰਦੀ ਹੈ ਠੀਕ ਹੈ ਨਾ ਮਤਲਬ ਅੱਛਾ ਅਸੀਂ ਬਾਹਰ ਦਾ ਬੋਲੀਏ ਰਾਵੀ ਦਾ ਬੋਲੀਏ ਉਹਨੂੰ ਕਹਿਣ ਲੱਗ ਪਏ ਤੂੰ ਜੰਗਲੀ ਜ਼ਬਾਨ ਬੋਲ ਰਿਹਾ ਜੇ ਮਾਲਵੇ ਦਾ ਬੋਲੀਏ ਜਾਂ ਮਾਝੇ ਦਾ ਜਾਂ ਸਿੱਖੋ ਜਾਂ ਉੱਧਰ ਟੁਰ ਜਾ ਹੁਣ ਗੱਲ ਤੁਹਾਨੂੰ ਮੈਂ ਗੱਲ ਦੱਸਦਾ ਕਿ ਮਾਂ ਬੋਲੀ ਨਾਲ ਪਿਆਰ ਕਰਨਾ ਇਹ ਵੀ ਸੁਨਤ ਹੈ ਸਾਹਿਬ ਇੱਕ ਸੁਨਤ ਹੈ ਸਾਡੇ ਨਵੀਂ ਪਾਕ ਜੀ ਨੇ ਫਰਮਾਇਆ ਕਿ ਜਿਹੜੇ ਮੇਰੀ ਉਮਤ ਦਾ ਸਭ ਤੋਂ ਚੰਗਾ ਮੁੱਲ ਮੂੰਹ ਹੋਵੇ ਜਿਹੜਾ ਆਪਣੀ ਰਾਇਆ ਨੂੰ ਆਪਣੀ ਕੌਮ ਨੂੰ ਆਪਣੇ ਸ਼ਾਗਿਰਦਾਂ ਨੂੰ ਉਹਦੀ ਮਾਂ ਬੋਲੀ ਦੇ ਵਿੱਚ ਤਲੀਮ ਦਿੰਦਾ ਅਤੇ ਮਦੀਨਿਆਂ ਦੇ ਵਿੱਚ ਨਵੀਂ ਪਾਕ ਨੇ ਖੁਦ ਅਰਬੀ ਦੇ ਵਿੱਚ ਤਲੀਮ ਦਿੱਤੀ ਉਹਦੀ ਮਿਸਾਲ ਸਾਰਿਆਂ ਨਾਲ ਵੱਡੀ ਹੈ ਮਿਸਾਲਾਂ ਦੀ ਜੇ ਇਸਲਾਮ ਸਮਝ ਫਿਰਨ ਲੱਗ ਜੇ ਤੁਸੀਂ ਆਪਣੇ ਇੱਥੋਂ ਦੀ ਗੱਲ ਕਰਦੇ ਨਾ ਵੀ ਜਿਹੜੇ ਟੈਗ ਲਾਉਂਦੇ ਨੇ ਉਹਨਾਂ ਵਾਸਤੇ ਬੜੀ ਵੱਡੀ ਮਿਸਾਲ ਹੈ ਅਰਬ ਦੇ ਵਿੱਚ ਰਿਵਾਜ਼ ਸੀ ਇੱਥੇ ਉੱਥੇ ਰਹਿੰਦਾ ਅਰਬ ਦੇ ਵਿੱਚ ਰਿਵਾਜ਼ ਸੀ ਬੱਚੇ ਨੂੰ ਮਾਦਰੀ ਜ਼ਬਾਨ ਸਿਖਾਉਣ ਵਾਸਤੇ ਆਪਣੇ ਤੌਰ ਤਰੀਕੇ ਸਿਖਾਉਣ ਵਾਸਤੇ ਉਹਨੂੰ ਪਿੰਡਾਂ 'ਚ ਭੇਜਿਆ ਜਾਂਦਾ ਸੀ ਉਹ ਜਿੱਥੇ ਵੀ ਦੂਜੀ ਹੈ ਨਹੀਂ ਸੀ ਆਬਾਦੀਆਂ ਨਹੀਂ ਸੀ ਵੱਡੀਆਂ ਵੀ ਸ਼ਹਿਰ ਨਹੀਂ ਸਨ ਇਸੇ ਤਰ੍ਹਾਂ ਹੀ ਸਾਡੇ ਪਿਆਰੇ ਨਬੀ ਨੂੰ ਪਹਿਲੇ 4 ਸਾਲ ਮਹਲੀਮਾ ਕੋਲ ਉੱਥੇ ਇਹਦੇ ਤੋਂ ਸ਼ਹਿਰ ਤੋਂ ਬਹੁਤ ਦੂਰ ਭੇਜਿਆ ਗਿਆ 4 ਸਾਲ ਵਾਸਤੇ ਵੀ ਆਪਣੀ ਮਾਦਰੀ ਜ਼ਬਾਨ ਉੱਥੇ ਜਾ ਕੇ ਸਿੱਖਣ ਆਪਣਾ ਤੌਰ ਤਰੀਕੇ ਸਿੱਖਣ ਉੱਥੇ ਰਹੇ 4-5 ਸਾਲ ਸੋ ਇਹ ਸਾਡੇ ਵਾਸਤੇ ਤਾਂ ਮਿਸਾਲਾਂ ਕਾਇਮ ਨੇ ਲੇਕਿਨ ਇਹ ਦੱਸਣੀਆਂ ਨਹੀਂ ਜੀ ਇਹਨਾਂ ਨੇ ਜਿਹੜੇ ਪ੍ਰਚਾਰ ਕਰਦੇ ਨਾ ਜੀ ਸਾਡੇ ਠੀਕ ਦੱਸਣੀਆਂ ਕਿਉਂ ਨਹੀਂ ਕਿਉਂਕਿ ਇਹਨਾਂ ਦੀ ਰੋਟੀ ਬੰਨ ਤੁਹਾਡੇ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਣਾ ਲੋਕਾਂ ਆਪਣੇ ਆਪ ਮੁਹਾਰੇ ਆਪ ਹੋ ਜਾਣਾ ਦੱਸਣਾ ਕੋਈ ਨਹੀਂ ਅੱਛਾ ਐਕਸੈਂਟ ਦੀ ਵੀ ਥੋੜ੍ਹੀ ਜਿਹੀ ਆਪਾਂ ਗੱਲ ਕਰ ਲਈਏ ਐਕਸੈਂਟ ਬੜੇ ਵਧੀਆ ਬੋਲ ਲੈਂਦਾ ਹਜ਼ਰਾਨ ਵੱਖਰੇ ਮੈਨੂੰ ਮੈਨੂੰ ਲੱਗਦਾ ਹੁੰਦਾ ਨਾ ਵੀ ਮੈਂ ਜਿਹੜੀ ਆਪਣੀ ਬੋਲਣ ਡਿਆ ਬੋਲੀ ਬੋਲਣ ਡਿਆ ਨਾ ਆਹ ਮਤਲਬ ਵੀ ਡਿਆ ਵਾਂ ਵੀ ਮੈਨੂੰ ਨਹੀਂ ਲੱਗਦਾ ਮੈਂ ਕੋਈ ਵੱਖਰਾ ਬੋਲਣ ਡਿਆ ਉਹ ਲੋਕ ਆਉਂਦੇ ਵੀ ਤੁਸੀਂ ਯਾਰ ਕਿਸ ਤਰ੍ਹਾਂ ਮਾਝੀ ਵਾਲੀ ਬੋਲੀ ਮੈਂ ਕਿਹਾ ਯਾਰ ਸਾਨੂੰ ਤਾਂ ਲੱਗਦਾ ਹੀ ਨਹੀਂ ਆ ਵੀ ਇੱਥੇ ਹੁਣ ਆਏ ਆ ਵੀ ਕਿੰਨੇ ਪੈਸੇ ਲੱਗ ਗਏ ਭਾਈ ਉਹ ਪੈਸਿਆਂ ਨੂੰ ਪੈਸੇ ਸਾਡਾ ਆਮ ਜਿਹਾ ਤਲਫਜ਼ ਆ ਵੀ ਅਸੀਂ ਆਮ ਜਿਹਾ ਬੋਲਣਾ ਵਾ ਵੀ ਇੱਧਰ ਆਏ ਹਾਂ ਕਿੱਧਰ ਜਾਣ ਡਿਆ ਡਿਆ ਸਾਨੂੰ ਨਹੀਂ ਵੱਖਰਾ ਲੱਗਦਾ ਲੇਕਿਨ ਕੁਛ ਲੋਕਾਂ ਨੂੰ ਵੱਖਰਾ ਲੱਗਦਾ ਲੋਕਾਂ ਨੂੰ ਵੱਖਰਾ ਲੱਗਦਾ ਹੁਣ ਜਿੱਦਾਂ ਗੱਲ ਕਰੋ ਅੱਗੇ ਪਿੱਛੇ ਉਹ ਮਾਲਵੇ ਵਾਲੇ ਪਰਲਾਂ ਕਹਿੰਦਾ ਗਾਹਾਂ ਪਿਛਾਂ ਤੁਰ ਲਿਆ ਆਪਣੇ ਘਰ ਗਾੜੀ ਵਿਛੜੀ ਠੀਕ ਹੈ ਉਚਾਰਨਾ ਚੇਂਜ ਹੁੰਦੀ ਹੈ ਥੋੜ੍ਹੀ ਜਿਹੀ ਠੀਕ ਹੈ ਨਾ ਜੀ ਮਤਲਬ ਉਹੀ ਰਹਿੰਦਾ ਉਹਦਾ ਵੀ ਤੁਹਾਨੂੰ ਇਹ ਵੀ ਆ ਵੀ ਸਿੱਖਣਾ ਵੀ ਚਾਹੀਦਾ ਨਾ ਤੁਹਾਨੂੰ ਸਾਰਾ ਕੁਛ ਹੀ ਪਤਾ ਹੋਣਾ ਚਾਹੀਦਾ ਵੀ ਕਿੱਥੇ ਕੀ ਬੋਲਦਾ ਵੀ ਜੇ ਅਸੀਂ ਅਰਬ ਜਾਂਦੇ ਹਾਂ ਛੋਟਾ ਜਿਹਾ ਐਗਜ਼ਾਮਪਲ ਕਿਸੇ ਨੇ ਆਈਐਸ ਬੰਨਾ ਆਈਪੀਐਸ ਬੰਨਾ ਕੋ ਵੱਡਾ ਅਫਸਰ ਬੰਨਾ ਉਹ ਸੌਖੀ ਪੜ੍ਹਾਈ ਉਹਦੇ ਹੱਥੇ ਰਹੂਗੀ ਉਹਦੀ ਮਾਤਰੀ ਜ਼ਬਾਨ ਚ ਉਹਨੂੰ ਪੜਾਇਆ ਜਾਵੇ ਬਿਲਕੁਲ ਤੁਸੀਂ ਉਹਨੂੰ ਅੰਗਰੇਜ਼ੀ ਚ ਪੜਾ ਕੇ ਡੀਸੀ ਬਣਾ ਰਹੇ ਹੋ ਆਈਐਸ ਬਣਾ ਰਹੇ ਹੋ ਸਰਾਊਂਡਿੰਗ ਹੀ ਗਾਲੀ ਜਿਹੜੀ ਆਪਣੀ ਜ਼ਬਾਨ ਦੇ ਵਿੱਚ ਪੜਨਾ ਨਹੀਂ ਆਸਾਨੀ ਹੋਈ ਘੁੰਮ ਜੀ ਹਾਂ ਗਿਆਨ ਤੇ ਗਿਆਨ ਹੀ ਹੈ ਨਾ ਤੁਸੀਂ ਜਿਹੜਾ ਆਪਦੀ ਜ਼ਬਾਨ ਤੋਂ ਸਿੱਖ ਲਿਆ ਉਹ ਦੂਸਰੀ ਭਾਸ਼ਾ ਚ ਉਹ ਗਿਆਨ ਤੁਹਾਨੂੰ ਆ ਹੀ ਨਹੀਂ ਸਕਦਾ ਬਿਲਕੁਲ ਦੁਨੀਆ ਦਾ ਹਰ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਚੰਗਾ ਦਿਮਾਗ ਰੱਖਣ ਵਾਲਾ ਬੰਦਾ ਜਾਂ UNO ਹੈ ਜਾਂ ਕੋਈ ਵੀ ਹੈ ਉਹ ਇਹੀ ਕਹਿੰਦੇ ਨੇ ਕਿ ਤੁਸੀਂ ਬੱਚੇ ਨੂੰ ਉਹਦੀ ਮਾਦਰੀ ਜ਼ਬਾਨ 'ਚ ਪੜ੍ਹਾਓ ਛੇਤੀ ਸਿੱਖਦਾ ਹੁਣ ਆਪਾਂ ਗੱਲ ਕਰਦੇ ਹਾਂ ਇੱਥੇ ਕੋਈ ਵੀ ਸਾਨੂੰ ਕੋਈ ਇੰਗਲਿਸ਼ ਦਾ ਪਹਿਰਾ ਦੇ ਦੇ ਹੁਣ ਠੀਕ ਹੈ ਨਾ ਜੀ ਅਸੀਂ ਇੰਗਲਿਸ਼ ਪੜ੍ਹ ਲੈਣੀ ਹੈ ਅਸੀਂ ਦਿਮਾਗ ਦੇ ਵਿੱਚ ਤਰਜਮਾ ਉਹਦਾ ਪੰਜਾਬੀ 'ਚ ਕਰਨਾ ਸਾਨੂੰ ਕਿਸੇ ਨੇ ਕਹਿਣਾ ਕਿ ਇੰਗਲਿਸ਼ ਦਾ ਪਹਿਰਾ ਨੂੰ ਉਰਦੂ 'ਚ ਟ੍ਰਾਂਸਲੇਟ ਕਰੋ
ਅਸੀਂ ਪਹਿਲਾਂ ਦਿਮਾਗ ਦੇ ਵਿੱਚ ਪੰਜਾਬੀ ਚ ਕਰਨਾ ਫਿਰ ਅਸੀਂ ਹੱਥ ਨਾਲ ਉਹਨੂੰ ਉਰਦੂ ਚ ਕਰਨਾ ਫਿਰ ਉਹਨੂੰ ਉਰਦੂ ਚ ਕਰਨਾ ਉਹ ਲਿਖਣਾ ਫਿਰ ਉਹਨੂੰ ਤੇ ਇਹ ਬੜੀ ਵੱਡੀ ਮਿਸਾਲ ਹੈ ਸਾਡੇ ਕੋਲ ਲੇਕਿਨ ਸਾਡੇ ਐਜੂਕੇਸ਼ਨ ਮਿਨਿਸਟਰ ਨੂੰ ਫਿਰ ਵੀ ਸਮਝ ਨਹੀਂ ਲੱਗਦੀ थक भी गल कर ਜਿਹਦਾ ਸਾਡਾ ਕਨੈਕਸ਼ਨ ਜੁੜਦਾ ਜਿਹਦੇ ਕੋ ਅਸੀਂ ਮੰਗਦੇ ਹਾਂ ਜੋ ਅਸੀਂ ਆਨੇ ਵੀ ਸਾਰਾ ਕੁਛ ਉਹ ਜਦੋਂ ਸਾਨੂੰ ਨਹੀਂ ਮਨਾ ਕਰਦਾ ਉਹ ਆਂਦਾ ਵੀ ਤੁਸੀਂ ਭਾਵੇਂ ਪੰਜਾਬੀ ਚ ਮੰਗੋ ਭਾਵੇਂ ਅਰਬੀ ਚ ਦਵਾਵਾਂ ਕਰੋ ਤੇ ਭਾਵੇਂ ਜੋ ਨਹੀਂ ਮੈਂ ਤੈਨੂੰ ਦਿੰਦਾ ਉਹ ਸੁਣਦਾ ਜੀ ਉਹ ਸੁਣਦਾ ਸਾਡੀਆਂ ਤੇ ਸਾਨੂੰ ਲੋੜ ਕਿਹੜੀ ਆ ਵੀ ਅਸੀਂ ਆਖੀਏ ਵੀ ਨਹੀਂ ਇਹ ਨਹੀਂ ਵੀ ਅਸੀਂ ਉਰਦੂ ਚ ਮੰਗਾਂਗੇ ਕਹਾਂਗੇ ਰੱਬਾ ਸਾਨੂੰ ਦਈ ਆਖੇ ਖੁਦਾਇਆ ਹਮੇਂ ਦੇਣਾ ਖੁਦਾਇਆ ਉਹ ਗਲਤੀ ਇੱਕ ਹੀ ਹੈ ਗਲਤੀ ਇੱਕ ਹੀ ਬਿਲਕੁਲ ਫਰਕ ਤੇ ਹੈ ਦੇਗਾ ਲਓ ਜੀ ਬਹੁਤ ਵਧੀਆ ਜੇਬੀ ਨਾਲ ਗੱਲਾਂ ਹੋਈਆਂ ਜੇਬੀ ਤੇ ਰੱਬ ਤੈਨੂੰ ਸਿਹਤ ਤੰਦਰੁਸਤੀ ਦੇਵੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਲੱਗੇ ਰਹੀਏ ਬਿਲਕੁਲ ਜੀ ਆਪਣੇ ਇਸ ਖਿੱਤੇ ਦੀ ਆਪਣੇ ਪੰਜਾਬ ਦੀ ਖਿਦਮਤ ਨੂੰ ਉਹ ਸੇਵਾ ਸਮਝ ਕੇ ਉਹ ਰੱਬ ਦੀ ਇਬਾਦਤ ਸਮਝ ਕੇ ਵੀ ਅਸੀਂ ਇਬਾਦਤ ਕਰਨੇ ਰੱਬ ਦੀ ਕਿਉਂਕਿ ਜਿੱਥੇ ਆਪਾਂ ਰਹਿੰਦੇ ਹਾਂ ਜਿੱਥੇ ਆਪਣਾ ਸਾਡਾ ਸਰਾਊਂਡਿੰਗ ਆ ਉਹ ਪਹਿਲੋਂ ਸਾਡਾ ਸਾਰਾ ਕੁਛ ਹੈ ਬਾਕੀ ਬਾਅਦ 'ਚ ਤੇ ਜਾਂਦੀ ਵਾਰੀ ਮੈਂ ਇੱਕ ਸਾਡੀ ਬਾਰ ਦੀ ਬੋਲੀ ਹੈ ਜੀ ਇੱਥੋਂ ਦੀ ਸਾਡੇ ਲਹਿੰਦੇ ਪੰਜਾਬ ਦੀ ਠੀਕ ਹੈ ਨਾ ਤੇ ਉਹਦੇ ਵਿੱਚ ਮੈਂ ਥੋੜੀ ਜਿਹੀ ਗੱਲਬਾਤ ਕਰਨਾ ਕਰਨੀ ਹੈ ਠੀਕ ਹੈ ਤੇ ਕੈਮਰੇ ਵਾਲੇ ਵੇਖ ਕੇ ਮਾੜੀ ਜੀ ਮਿੱਠਿਆਂ ਆਏ ਭਰਾ ਆਪਣੇ ਆਏ ਹੋਏ ਨੇ ਚੜਦੇ ਪੰਜਾਬ ਸੁਣਿਆ ਮੂੰਹ ਇਹਦੇ ਕਰੀ ਮਾੜਾ ਜਿਹਾ ਠੀਕ ਹੈ ਇਹ ਸਰਦਾਰ ਹੈ ਅਮਰੀਕਾ ਚਲਾਉਂਦੇ ਨੇ ਇਹਦੇ ਬਾਹੂ ਬੈਠਾ ਨਾ ਸਡਿੱਲੂ ਇਹਨਾਂ ਨੂੰ ਤੁਸੀਂ ਜਾਣਦੇ ਹੋ ਉਸੋਂ ਠੀਕ ਇਹਨਾਂ ਦੀਆਂ ਵੀਡੀਓ ਸ਼ੂਡੀਓ ਚੱਲਦੀਆਂ ਆਣਗੀਆਂ ਪੰਜਾਬੀ ਲਹਿਰ ਚੈਨਲ ਆਏਗਾ ਤੇ ਸੋਹਣਾ ਬਿਰਾ ਵਿਕਾਸ ਆਏਗਾ ਇਹਨਾਂ ਦੇ ਕੋਲ ਪੁਰਾਣੇ ਆਉਂਦੇ ਰਹਿੰਦੇ ਨੇ ਠੀਕ ਅੱਜ ਬੈਠੇ ਨੇ ਚਾਰ ਚੱਕ ਤੇ ਇਹਨਾਂ ਦੀ ਸੇਵਾ ਕਰ ਸਾਂਗੇ ਅਸੀਂ ਤੇ ਠੀਕ ਹੈ ਸੋਹਣਿਆ ਤੇ ਵੀਡੀਓ ਸਾਡੀ ਸੁਣ ਲਵੇ ਆ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਆਣਗੀਆਂ ਐਵੇਂ ਉਹ ਤਾਂ ਨਾ ਚਾਹ ਛੱਡਿਆ ਮਿਹਰਬਾਨੀ ਤੁਹਾਡੀ ਚੰਗੀਆਂ ਲੱਗ ਸਕਦਾ ਸ਼ੇਅਰ ਜ਼ਰੂਰ ਕਰਨਾ ਮੈਨੂੰ ਸੋਹਣੀਆਂ ਲੱਗਣ ਤੇ ਸੁਣ ਲਵੇ ਆ ਅਗਾ ਬਾਲਾਂ ਨੂੰ ਦੱਸ ਲਵੇ ਆਪਦਿਆਂ ਨੂੰ ਠੀਕ ਹੈ ਜੀ ਬਹੁਤ ਸ਼ੁਕਰੀਆ ਸਾਹਿਬ ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ ਵਧੀਆ ਗਿਆ